ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਕਿ ਬਾਬਾ ਜੀਵਨ ਸਿੰਘ ਨੂੰ ਹੀ ਕਲਗੀ ਅਤੇ ਪੁਸ਼ਾਕਾ ਬਖਸ਼ਿਆ, ਕਿਉਂਕਿ ਕੁਝ ਲੋਕਾਂ ਦਾ ਦਬ ਹੈ ਕਿ ਇਹ ਜਿਹੜੀ ਕਲਗੀ ਅਤੇ ਪੁਸ਼ਾਕਾ ਹੈ ਇਹ ਬਾਬਾ ਸੰਗਤ ਸਿੰਘ ਨੂੰ ਦਿੱਤਾ ਗਿਆ। ਅਸੀਂ 300 ਸਾਲ ਪਹਿਲਾਂ ਹੈ ਨਹੀਂ ਸੀ ਜੀ। ਜੋ ਸਮਕਾਲੀ ਇਤਿਹਾਸਕਾਰ ਹੈ, ਜੋ ਉਹਨਾਂ ਨੇ ਆਪਣੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਹੈ ਚਾਹੇ ਸਮਕਾਲੀ ਹੈ, ਜੋ ਉਹਨਾਂ ਨੇ ਲਿਖਿਆ, ਮੈਂ ਉਸ ਆਧਾਰ 'ਤੇ ਇਹ ਜੇ ਤੁਸੀਂ ਪੜ੍ਹਿਆ ਹੋਵੇ, ਕਾਹਨ ਸਿੰਘ ਨਾਭਾ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਰਸਾ ਦੇ ਕੰਢੇ ਦੇ ਉੱਪਰ ਹੀ ਕਰਵਾਤੀ ਹੈ, ਜਿਹੜਾ 20 ਦਸੰਬਰ 1704 ਈਸਵੀ ਨੂੰ ਸਰਸਾ ਕੰਢੇ ਸ਼ਹੀਦ ਹੋਇਆ, ਉਹਨੂੰ ਭੁਲੇਖਾ ਲੱਗਿਆ ਇਹ ਸੰਤੋਖ ਸਿੰਘ। ਜੇ ਚਮਕੌਰ ਸਾਹਿਬ ਦੀ 40 ਸਿੰਘਾਂ ਦੀ ਲਿਸਟ ਹੀ ਵੇਖ ਲਈਏ ਜਿਹਦੇ ਵਿੱਚ ਸ਼ਹੀਦਾਂ ਦੇ ਨਾਮ ਨੇ, ਉਹਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਮ ਹੀ ਨਹੀਂ ਹੈ। ਮੈਂ ਦੱਸਦਾ ਤੁਹਾਨੂੰ, ਇਹ ਨਾਮ ਹੈ ਸੀ। ਇਸ ਤੋਂ ਪਹਿਲਾਂ ਪਿਆ ਹੋਇਆ ਨਾਮ ਕਦੋਂ ਵੇਖਿਆ, ਤੁਹਾਡੇ ਕੋਲ ਕੀ ਸਬੂਤ ਹੈ? ਸਾਡੇ ਕੋਲ ਸਬੂਤ ਹੈ ਜੀ, ਅਸੀਂ ਇੱਥੇ ਦਰਸ਼ਨ ਮੇਲਾ ਕਰਨ ਜਾਂਦੇ ਹਾਂ ਚਮਕੌਰ ਸਾਹਿਬ। ਇਹ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਬਹੁਤ ਵੱਡਾ ਪਹਾੜ ਪਾ ਦੇਵਾਂਗੇ? ਨਹੀਂ, ਪਹਾੜ ਕੋਈ ਪਹਾੜ ਨਹੀਂ, ਜਿਹੜੇ ਅਸਲੀਅਤ ਇਹੀ ਹੈ, ਅਸਲ ਸੱਚ ਇਹੀ ਹੈ। ਹੁਣ ਕਲਗੀਆਂ ਵਾਲੇ ਨੇ ਕਲਗੀ ਸਿੱਖ ਨੂੰ ਦਿੱਤੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਕੋਰਟ ਨੂੰ ਪੁੱਛਦੇ ਪਏ ਵੀ ਤੁਸੀਂ ਡਿਸਾਈਡ ਕਰੋ ਕਲਗੀ ਕਿਹਨੂੰ ਦਿੱਤੀ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਵੀ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦਾ ਵਾਂ ਅਤੇ ਇੱਕ ਭਾਲ ਦੇ ਵਿੱਚ ਰਹਿੰਦਾ ਵਾਂ, ਜਿਨ੍ਹਾਂ ਨੇ ਖੋਜ ਕੀਤੀ ਹੋਵੇ, ਐਸੇ ਖੋਜੀ ਜਨਾਂ ਨੂੰ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਹਾਂ। ਅੱਜ ਦੋਸਤੋ, ਮੇਰੇ ਇਸ ਪ੍ਰੋਗਰਾਮ ਕੌੜਾ ਸੱਚ ਦੇ ਵਿੱਚ ਮੇਰੇ ਨਾਲ ਨੇ ਬਾਬਾ ਜਸਵੰਤ ਸਿੰਘ ਕਾਰ ਸੇਵਾ ਵਾਲੇ ਕੈਪਟਨ ਸਵਰਨ ਸਿੰਘ ਜੀਰਾ, ਅਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਵਿਸ਼ਾ ਦੇ ਦਿਆਂ, ਕਿਉਂਕਿ ਸਰਦਾਰ ਸਾਹਿਬ ਨੇ ਕਿਤਾਬ ਲਿਖੀ ਹੈ ਅਸਲ ਸੱਚ ਦਸਵੇਂ ਪਾਤਸ਼ਾਹ ਵੱਲੋਂ ਕਲਗੀ ਅਤੇ ਪੁਸ਼ਾਕਾ ਬਖਸ਼ਣ ਦਾ, ਅਤੇ ਮੈਂ ਥੋੜ੍ਹਾ ਹਵਾਲਾ ਦੇ ਦਿਆਂ। ਲੰਮੇ ਸਮੇਂ ਤੋਂ ਇਹ ਚੀਜ਼ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਕਲਗੀ ਬਖਸ਼ੀ ਹੈ, ਕਲਗੀ ਕਿਹਨਾਂ ਨੂੰ ਬਖਸ਼ੀ ਹੈ? ਕੁਝ ਸੱਜਣਾਂ ਦਾ ਦਾਅਵਾ ਕਿਹਾ ਕਿ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ, ਕੁਝ ਸੱਜਣਾਂ ਦਾ ਦਾਅਵਾ ਕਿਹਾ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਹੈ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ। ਪਰ ਸਵਾਲ ਇੱਥੇ ਫਿਰ ਖੜਾ ਹੋ ਜਾਂਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਚਰਚਾ ਛਿੜਦੀ ਹੈ ਤਾਂ ਤੱਥ ਸਬੂਤ ਕਿਸ ਗੱਲ ਦਾ ਪ੍ਰਮਾਣ ਦਿੰਦੇ ਨੇ, ਕਿਸ ਚੀਜ਼ ਨੂੰ ਸੱਚ ਮੰਨਿਆ ਜਾਵੇ? ਜੇ ਪ੍ਰਚਾਰਕਾਂ ਦੀ ਜ਼ੁਬਾਨ ਤੋਂ ਜੋ ਆਪਾਂ ਸੁਣਦੇ ਆ ਰਹੇ ਹਾਂ, ਸੰਤ ਸਿੰਘ ਜਾਂ ਸੰਗਤ ਸਿੰਘ ਦਾ ਹਵਾਲਾ ਮਿਲਦਾ ਹੈ, ਅਤੇ ਜੇ ਇਸ ਤੋਂ ਵੀ ਥੋੜ੍ਹੀ ਜਿਹੀ ਪਿਛੋਕੜ ਗ੍ਰੰਥਾਂ ਵਿੱਚ ਚਲੇ ਜਾਈਏ, ਕੁਛ ਨੇ ਥੋੜ੍ਹਾ ਜਿਹਾ ਦੋਹਾਂ ਦਾ ਹਵਾਲਾ ਜਿਹਾ ਦੇ ਦਿੱਤਾ ਹੈ, ਪਰ ਮੇਰਾ ਮਨ ਕਹਿੰਦਾ ਵੀ ਤੱਥਾਂ ਦੇ ਆਧਾਰ ਦੇ ਉੱਪਰ ਗੱਲ ਸੱਚ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਕਲਗੀ ਤਰਪਿਤਾ ਮਹਾਰਾਜ ਜੀ ਦੀ ਹੈ, ਬਖਸ਼ਦੇ ਕਿਹਨਾਂ ਨੂੰ ਹੈ? ਕੁਝ ਵਿਦਵਾਨਾਂ ਨੇ ਇੱਥੇ ਵਿਚਕਾਰਲੀ ਗੱਲ ਵੀ ਕਹਿ ਦਿੱਤੀ, ਉਹ ਕਹਿੰਦੇ ਕਲਗੀ ਭਾਵੇਂ ਬਾਬਾ ਸੰਗਤ ਸਿੰਘ ਨੂੰ ਦਿੱਤੀ ਹੈ ਅਤੇ ਭਾਵੇਂ ਬਾਬਾ ਜੀਵਨ ਸਿੰਘ ਨੂੰ ਦਿੱਤੀ ਹੈ, ਕਹਿੰਦੇ ਦਿੱਤੀ ਉਸ ਨੂੰ ਹੈ ਜਿਹਨੂੰ ਬ੍ਰਾਹਮਣ ਸ਼ੂਦਰ ਕਹਿੰਦਾ। ਕਹਿੰਦੇ ਕਲਗੀ ਤਰਪਿਤਾ ਮਹਾਰਾਜ ਜੀ ਨੇ ਉਹਨਾਂ ਸਭਨਾਂ ਨੂੰ ਮਾਣ ਬਖਸ਼ਿਆ, ਅਤੇ ਕਲਗੀ ਨੂੰ ਜਾਤ ਜਾਂ ਬਰਾਦਰੀ ਨਾਲ ਜੋੜ ਕੇ ਨਾ ਵੇਖਿਆ ਜਾਵੇ, ਸਮੁੱਚੇ ਇੱਕ ਵਰਗ ਨਾਲ ਜੋੜ ਕੇ ਵੇਖਿਆ ਜਾਵੇ। ਅਨੇਕ ਤਰ੍ਹਾਂ ਦੀਆਂ ਵਿਚਾਰਾਂ ਲੰਮੇ ਸਮੇਂ ਤੋਂ ਆ ਰਹੀਆਂ ਨੇ, ਸੁਣਦੇ ਆ ਰਹੇ ਹਾਂ, ਪਰ ਫਿਰ ਵੀ ਕੁਝ ਸੱਜਣਾਂ ਨੇ ਕਈ ਸਾਲਾਂ ਦੀ ਮਿਹਨਤ ਕਰਕੇ ਕਿਤਾਬਾਂ ਲਿਖੀਆਂ ਨੇ, ਅਤੇ ਕਿਤਾਬ ਦਾ ਨਾਮ ਹੈ ਅਸਲ ਸੱਚ ਦਸਵੇਂ ਪਾਤਸ਼ਾਹ ਵੱਲੋਂ ਬਖਸ਼ੀ ਕਲਗੀ ਅਤੇ ਪੁਸ਼ਾਕੇ ਦੀ। ਅਤੇ ਜੇ ਇਸ ਤੋਂ ਵੀ ਅੱਗੇ ਚੱਲੀਏ ਤਾਂ ਇਹਨਾਂ ਨੇ ਇੱਕ ਹੋਰ ਕਿਤਾਬ ਪੇਸ਼ ਕੀਤੀ ਹੈ, ਪ੍ਰਾਚੀਨ ਸਿੱਖ ਇਤਿਹਾਸ ਦੇ ਰਿਕਾਰਡ ਨਾਲ ਛੇੜਛਾੜ, ਪਾਤਰਾਂ ਦੇ ਨਾਮ ਦੀ ਤਬਦੀਲੀ। ਆਓ ਇਹਨਾਂ ਨੂੰ ਪੁੱਛਦੇ ਹਾਂ ਸਰਦਾਰ ਜਸਵੰਤ ਸਿੰਘ ਜੀ ਨੂੰ ਵੀ ਕਦੋਂ ਤਬਦੀਲੀਆਂ ਹੋਈਆਂ, ਕਿਹੜੇ ਪਾਤਰਾਂ ਦੀਆਂ ਤਬਦੀਲੀਆਂ ਹੋਈਆਂ, ਅਤੇ ਤੁਸੀਂ ਕਿੰਨਾ ਤੱਥਾਂ ਦੇ ਆਧਾਰ 'ਤੇ ਇਸ ਗੱਲ ਦਾ ਠੋਕ ਕੇ ਦਾਅਵਾ ਕਰਦੇ ਹੋ ਕਿ ਕਲਗੀ ਜਿਹੜੀ ਹੈ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਗਈ ਹੈ, ਬਾਬਾ ਸੰਗਤ ਸਿੰਘ ਨੂੰ ਕਲਗੀ ਨਹੀਂ ਬਖਸ਼ੀ ਗਈ? ਆਓ ਸਾਰੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਹਾਂ, ਕਿਉਂਕਿ ਦੋਸਤੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਕਰ ਫਿਰ ਕਰਦੇ ਹਾਂ। ਅੱਜ ਸਵੇਰੇ ਵੀ ਤਲਾਣੀਆਂ ਪਿੰਡ ਤੋਂ ਕਾਲ ਆਉਂਦੀ ਹੈ ਅਤੇ ਕਿਹਾ ਜਾਂਦਾ ਕਿ ਭਾਈ ਸਾਹਿਬ ਜੋ ਕਲਗੀ ਹੈ ਉਹ ਕਲਗੀ ਤਰਪਿਤਾ ਮਹਾਰਾਜ ਜੀ ਨੇ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਇਸ ਗੱਲ ਦਾ ਦਾਅਵਾ ਕਰਦੇ ਨੇ ਕਾਰ ਸੇਵਾ ਵਾਲੇ ਕਿ ਜੋ ਕਲਗੀ ਹੈ ਇਹ ਬਾਬਾ ਜੀਵਨ ਸਿੰਘ ਨੂੰ ਬਖਸ਼ੀ ਹੈ, ਪਰ ਮੈਂ ਕਹਿੰਦਾ ਇਹ ਫੈਸਲਾ ਅਸੀਂ ਆਪਸ ਦੇ ਵਿੱਚ ਨਹੀਂ ਕਰਨਾ, ਇਹ ਫੈਸਲਾ ਤੱਥਾਂ 'ਤੇ ਆਧਾਰਿਤ ਹੋਣਾ ਚਾਹੀਦਾ। ਆਓ ਉਸ ਮਾਮਲੇ ਦੀ ਪੂਰੀ ਜਾਣਕਾਰੀ ਲੈਂਦੇ ਹਾਂ, ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਵੀ ਜਾ ਚੁੱਕਾ ਹੈ, ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਾ ਚੁੱਕਾ ਹੈ, ਇਹ ਮਾਮਲਾ ਉੱਚ ਸੰਸਥਾਵਾਂ ਦੇ ਧਿਆਨ ਦੇ ਵਿੱਚ ਹੈ। ਆਓ ਜਾਣਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਾਬਾ ਜੀ ਹੋਰਾਂ ਨੂੰ ਅਤੇ ਕੈਪਟਨ ਸਾਹਿਬ ਹੋਰਾਂ ਨੂੰ ਅਸੀਂ ਦੋਵੇਂ ਹੱਥ ਜੋੜ ਕੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਸਭ ਤੋਂ ਪਹਿਲਾਂ ਬਿਨਾਂ ਕਿਸੇ ਹੋਰ ਜਾਣਕਾਰੀ ਦੇ ਇੱਕੋ ਜਾਣਕਾਰੀ ਲੈਣੀ ਚਾਹੁੰਦਾ ਵੀ ਤੁਸੀਂ ਇੱਕ ਸ਼ਬਦ ਲਿਖਿਆ ਅਸਲ ਸੱਚ, ਇਹਦਾ ਮਤਲਬ ਜੋ ਤੁਹਾਨੂੰ ਲੱਗਿਆ ਉਹ ਸੱਚ,
हो सकता ये सच किसी होर सच ना लगता हो तुहानू लग्या तुसी लिखिया भी असल सच दसवें पातशाह वल्लों कलगी अते पोशाका बख्शण दा तुसी किवें दावा कर सकते हो कि बाबा जीवन सिंह नूं ही कलगी ते पोशाका बख्शी है क्योंकि कुछ लोगों का दावा है कि ये जिहड़ी कलगी ते पोशाका है ये बाबा संगत सिंह नूं दिता गया। असल सच जिहड़ा है मैं अपने कोल नहीं कुछ भी कहिंदा जो गुरु गोबिंद सिंह जी दे समकाली इतिहासकार है असी 300 साल पहला है नहीं सी जी जो समकाली इतिहासकार है जो उन्होंने अपने गुरु साहब के दरबारी कवि हैं चाहे समकाली हैं जो उन्होंने लिखा मैं उस आधार पर यह जी पुस्तक है असल सच दसवें पातशाह कलगी पोशाका बख्शण का तैयार की हूँ। जिस तरह पहले तो मैं तुम्हें इस बैकग्राउंड का हेरा फेरिया दसदा भी किवें हुई जिस तरह गुरबिलास पातशाह दस लेखक कवि कोयर सिंह पन्ना 205 तो कलगी संगत सिंह कहता लेकिन पन्ना 293 ते वह कहना भी संगत सिंह जिहड़ा नखास चौक लाहौर के शहीद होया कलगी पोशाके बारे स्पष्ट नहीं इवें ही उसके बाद 1797 के गुरबिलास पातशाह दस सुखा सिंह वह भी कहता कलगी संत सिंह दत्ती है लेकिन वह संत सिंह जिहड़ा है वह गुरु साहब की हाजरी में शहीद हो गया संत सिंह अरोड़ा वह भी गल कलगी होगी। तीजा उसके बाद गुरप्रताप सुरज ग्रंथ है जी भाई संतोख सिंह वह पन्ना 805-806 से कहता भी कलगी चाहे संगत सिंह दत्ती चाहे संत सिंह दत्ती दोनों पूजने को मैं इस विवाद नहीं पैना चाहता लेकिन उस एक शरारत करी किसी ने जिन्हें कवि संतोख सिंह नहीं कर सकता जिन्हें बाद च संपादन किया उन्हें थले एक नोट दिता भी गुरबिलास पातशाह दस का लेखक सुखा सिंह कहता कलगी संगत सिंह दत्ती सुखा सिंह ने संत सिंह का नाम लिखा ये हेराफेरी की। उसके बाद गुरप्रताप सुरज आ जो अपने ये महान कोश लेखक भाई कान सिंह नाभा उन्होंने तो जी शहादत का जिक्र है जे तुसी पढ़िया होवे कान सिंह नाभा ने बाबा जीवन सिंह की शहादत सरसा के कंडे के उपर ही करवाती है। मैं दसदा जी वो कहिंदे कि वो चमकौर की हवेली या गढ़ी के विच गए ही नहीं तो फिर कलगी पोशाका जिहड़ा ये किवें आ गया उन्होंने दसदा तुहानू संगत सिंह पंज होए जी हाँ जी पहला संगत सिंह प्रेमा उहदे बाप दा नाम प्रेमा जी जिहड़ा जीवन सिंह उहदे बाप दा नाम प्रेमा जिहड़ा कि कलमोड़ जंग शहीद होया दूजा संगत सिंह दूजा जी जीवन सिंह पुत्र रला पासी गगोमायल ये गुरु अर्जन देव जी के टाइम चया जी तीजा जीवन सिंह पिता उहदा आग्या दादा दुल्ला वासी दिल्ली जिहड़ा 20 दसंबर 1704 ईस्वी नूं सरसा कंडे शहीद होया उहनूं भुलेखा लग्या है संतोख सिंह क्योंकि संतोख सिंह होर तत्थ भी बड़े गलत किए मैं अगर जाकर उनका जिक्र करदा। सो चौथा संघ चौथा जीवन सिंह जिहड़ा गुरु साहब अपने माछीवड़े रहे चवारे चे पंजवां जीवन सिंह सपुत्र भाई सदानंद जी जिहड़ा 23 दसंबर 1704 चमकौर जंग शहीद हुआ ये पंज जीवन सिंह होए सो उन्हें इहदे नाल रल गल करता। पर जे तुहाडी मन लईए कि जिस बाबा जीवन सिंह नूं कलगी ते पोशाका देन दा तुसीं हवाला दिंदे हो जां तुसीं जिक्र करदे हो जे चमकौर साहिब दी 40 सिंघां दी लिस्ट ही वेख लईए जिहदे विच शहीदां दे नाम ने उहदे विच बाबा जीवन सिंह दा नाम ही नहीं है। मैं दसदा तुहानूं इह नाम है सी हां इह नाम कदों सी इह बड़ा शुरू ते चलिया आंदा कदों सी तुसीं कदों देखिया असीं तां 6 सितंबर नूं देखिया वी ना कढ़िया ना आ साल हुण नहीं तुसीं कढ़िया नाम वेख्या इस तों पहलां पया होया नाम कदों वेख्या तुहाडे कोल की सबूत है। ਸਾਡੇ ਕੋਲ ਸਬੂਤ ਹੈ ਜੀ ਅਸੀਂ ਤਾਂ ਦਰਸ਼ਨ ਮੇਲਾ ਕਰਨ ਜਾਂਦੇ ਚਮਕੌਰ ਸਾਹਿਬ ਮੈਂ ਉੱਥੇ ਸੇਵਾ ਕਰਦੇ ਹਾਂ 2010-1987 ਤੋਂ ਬਾਬਾ ਜੀ ਦੇ ਸ਼ਹੀਦੀ ਅਸਥਾਨ ਦੀ ਸੇਵਾ ਕੀਤੀ ਉੱਥੇ ਮੈਂ ਉਦੋਂ ਹੈ ਸੀ ਨਾ ਸਭ ਕੁਛ ਸੀ। ਇਹ ਹੇਰਾ ਫੇਰੀ ਕਦੋਂ ਹੋਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇਹ ਹੇਰਾ ਫੇਰੀ ਪਤਾ ਨਹੀਂ ਕਦੋਂ ਲੱਗੀ ਕਿਉਂਕਿ ਕਦੇ ਮੁੜ ਕੇ ਗਏ ਨਹੀਂ ਜਾਂਦੇ ਮਾੜਾ ਦਰਸ਼ਨ ਕੀਤੇ ਆ ਗਏ ਉਹ ਤਾਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਜੋ ਨਾਂ ਕੱਢਤਾ। ਅੱਛਾ ਦੂਜੀ ਗੱਲ ਸੰਤੋਖ ਸਿੰਘ ਦੀ ਨਾ ਇਹਦੀ ਗੱਲ ਕਰ ਰਹੇ ਆਪਾਂ ਕਾਨ ਸਿੰਘ ਨਾਭਾ ਕਾਨ ਸਿੰਘ ਨਾਭਾ ਦੀ ਪੰਨਾ 240 ਤੇ ਕਾਨ ਸਿੰਘ ਨਾਭਾ ਜਿਹੜਾ ਹੈ महान कोश के पन्ना 240 ते उन्हें सुखा सिंह की रचना का हवाला दिता लेकिन उत्थे की किया उन्हें ना जो कविता तो वारतक बना के लिखता ना जो है संत सो बद के संगत सिंह करता पन्ना 243 ते उन्हें हवाला दिता गुरप्रताप सुरज ग्रंथ का लेकिन उन्हें की किया नाम उत्थे जिहड़ा हैगा उहदे गुरप्रताप दे विच कहा भी ना कलगी संगत सिंह दत्ती चाहे संत सिंह दत्ती दोनों पूजने योग लेकिन उन्हें थले संत सिंह का पाता पन्ना 981 ते उन्हें गुरु गोबिंद सिंह महाराज का जिहड़ा जफरनामा उहदा जिक्र किया भी 40 सिंह जिहड़े है 40 सिंघां दा गुरु गोबिंद सिंह ने यह नाम लिखे जिहड़े कि गलत है
ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਇੰਨਾ ਦੱਸਿਆ ਜਫਰਨਾਮੇ 'ਚ ਵੀ ਮੇਰੇ 40 ਸਿੰਘ ਭੁੱਖੇ ਸੀ ਅਤੇ ਦੂਜੇ ਪਾਸੇ 10 ਲੱਖ ਫੌਜ ਸੀ, ਉਹਨੇ ਗਿਣਤੀ ਦੱਸੀ ਨਾ ਕਿ ਨਾਂ। ਲੇਕਿਨ ਇਹਨਾਂ ਨੇ ਉਹਦੇ 'ਚ ਨਾਂ ਦਿੱਤੇ ਆਪਣੇ ਭਾਈ ਸੰਤੋਖ ਸਿੰਘ ਨੇ, ਕਿਸੇ ਇੱਕ ਗ੍ਰੰਥ ਦੇ ਵਿੱਚ ਵੀ 40 ਸਿੰਘਾਂ ਦੇ ਨਾਮ ਨਹੀਂ। ਹੁਣ ਜਿਸ ਤਰ੍ਹਾਂ ਗੁਰਪ੍ਰਤਾਪ ਸਿੰਘ ਉਹਦੇ 'ਚ 28 ਨਾਂ, ਹੋਰ ਗ੍ਰੰਥ ਹੈ ਕਿਸੇ 'ਚ 5 ਨਾਂ, ਕਿਸੇ 7, 40 ਨਾਂ ਕਿਸੇ ਨਹੀਂ। ਜਿਹੜੇ 40 ਨਾਂ ਇਹਨੇ ਦਿੱਤੇ ਹੈ ਉਹਦੇ ਨਾਲ ਮੇਲ ਨਹੀਂ ਖਾਂਦੇ ਗੁਰਪ੍ਰਤਾਪ ਸਿੰਘ ਜੀ ਗ੍ਰੰਥ ਨਾਲ, ਬਾਕੀ ਗ੍ਰੰਥਾਂ ਨਾਲ ਆਪਣੀ ਮਰਜ਼ੀ ਨਾਲ। ਪਤਾ ਨਹੀਂ ਕਿੱਥੋਂ ਪਾ ਤੇ 40 ਨਾਂ ਉਹ ਪਾ ਤੇ, 2 ਨਾਂ ਇਹਨੇ ਹੋਰ ਪਾ ਤੇ ਜਿਹੜੇ ਹੈ ਉਹ ਪਤਾ ਨਹੀਂ ਕਿੱਥੋਂ ਪਾਏ ਸ਼੍ਰੋਮਣੀ ਕਮੇਟੀ ਨੇ। ਆਪਣੇ ਕੋਲੋਂ 2 ਨਾਂ ਲਿਖਤੇ, ਇੱਕ ਕੋਠਾ ਸਿੰਘ ਦਾ, ਇੱਕ ਭਾਈ ਮਦਨ ਸਿੰਘ ਦਾ, ਇੱਕ ਸੰਗਤ ਸਿੰਘ ਦਾ ਉਹਦੇ 'ਚ ਨਾਂ ਲਿਖਿਆ। 40 ਸਿੰਘਾਂ ਸੀ, ਸੰਗਤ ਸਿੰਘ ਦਾ ਨਾਂ ਵੀ ਹੈ ਨਹੀਂ। ਜੋ ਅੱਛਾ, 40 ਸਿੰਘਾਂ ਦੇ ਵਿੱਚ ਬਾਬਾ ਸੰਗਤ ਸਿੰਘ ਦਾ ਨਾਮ ਹੈ ਨਹੀਂ, ਨਾਂ ਵੀ ਨਹੀਂ। ਕਾਨ ਸਿੰਘ ਨਾਭੇ ਨੇ ਕਰਿਆ। ਸੋ ਕਾਨ ਸਿੰਘ ਨਾਭੇ ਨੇ 3 ਵੱਡੀਆਂ ਗਲਤੀਆਂ ਕੀਤੀਆਂ। ਹੁਣ ਆ ਜਾਓ ਤੁਸੀਂ ਆਪਣਾ ਉਹਦਾ 'ਚ ਗਿਆਨੀ ਗਿਆਨ ਸਿੰਘ, ਪਰ ਉਹ ਪੰਥ ਪ੍ਰਕਾਸ਼ ਵਿੱਚ ਕਹਿੰਦਾ ਪੰਨਾ 205 'ਤੇ ਵੀ ਕਲੰਗੀ ਜਿਹੜੀ ਸੰਸੀ ਨੂੰ ਮਿਲੀ ਹੈ। ਲੇਕਿਨ ਤਵਾਰੀ ਗੁਰੂ ਖਾਲਸਾ ਭਾਗ ਪਹਿਲਾ ਉਹ 13 ਸਾਲ ਬਾਅਦ ਲਿਖੀ 1897 'ਚ, ਉਹ 'ਚ ਕਹਿੰਦਾ ਕਲੰਗੀ ਸੰਗਤ ਸਿੰਘ ਦਿੱਤੀ। ਫਿਰ ਉਹ ਗੁਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਪੰਨਾ 288 'ਤੇ ਕਹਿੰਦਾ ਵੀ ਜੀਵਨ ਸਿੰਘ ਜਿਹੜਾ ਹੈ ਉਹ 23 ਤਰੀਕ ਪੰਥ ਪ੍ਰਕਾਸ਼ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦੋ ਵੱਖੋ ਵੱਖਰੇ ਚੀਜ਼ਾਂ ਨੇ ਨਾ। ਪਰ ਜਿਹੜਾ ਪੰਥ ਪ੍ਰਕਾਸ਼ ਉਹ ਗਿਆਨ ਸਿੰਘ ਦਾ ਲਿਖਿਆ, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ, ਭੰਗੂ ਦਾ ਲਿਖਿਆ ਜੀ। ਰਤਨ ਸਿੰਘ ਜਿਹੜਾ ਰਤਨ ਸਿੰਘ ਇਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਰਤਨ ਸਿੰਘ ਭੰਗੂ ਦਾ, ਉਹ 'ਚ ਲਿਖਿਆ ਜੀਵਨ ਸਿੰਘ ਰੇਟੇ ਬੰਦੂਕੀ ਖੂਬ ਅਖਵਾਵੇ, ਏਕ ਬੁਰਜ ਕੇ ਮੱਧਮੇ ਵੀ ਉਹ ਇਕਲੀ ਤਾਂ ਪਾਵੇ, ਵੀ ਇਕੱਲੇ ਹੀ ਬੁਰਜ ਵਿੱਚ ਬੈਠਾ ਸੀ, ਇਕੱਲੇ ਰੋਕ ਰਿਹਾ ਸੀ, ਇਹਦਾ ਮਤਲਬ ਉਹ ਕਲਗੀ ਉਹਦੇ ਸੀਸ 'ਤੇ ਸੀ। ਸੋ ਇਸ ਕਰਕੇ ਇਹ ਜਿਹੜੇ ਭਰਮ ਭੁਲੇਖੇ ਹੈ ਇਹ ਪਏ ਹੈ। ਆਪਾਂ ਇੰਝ ਕਹਿ ਸਕਦੇ ਹਾਂ ਵੀ ਕੋਈ ਐਸਾ ਆ ਜਿਹੜਾ ਸਰਸਾ ਦੇ ਕੰਢੇ 'ਤੇ ਸ਼ਹਾਦਤ ਲਿਖਦਾ, ਕੋਈ ਚਮਕੌਰ ਦੀ ਹਵੇਲੀ ਵਿੱਚ ਲਿਖਦਾ, ਕੋਈ ਸੰਤ ਸਿੰਘ ਲਿਖਦਾ, ਕੋਈ ਸੰਗਤ ਸਿੰਘ ਲਿਖਦਾ, ਕੋਈ ਜੀਵਨ ਸਿੰਘ ਲਿਖਦਾ, ਹੈ ਨਾ। ਹੁਣ ਆਪਣੇ ਕੋਲ ਕਿੱਡਾ ਵੱਡਾ ਇੱਕ ਭੁਲੇਖਾ ਆ ਗਿਆ। ਅਤੇ ਕਰਮ ਸਿੰਘ ਸਟੋਰੀਅਨ ਦੀ ਇੱਥੇ ਗੱਲ ਬੜੀ ਪਿਆਰੀ ਲੱਗਦੀ, ਕਹਿੰਦੇ ਇਤਿਹਾਸ ਲਿਖਣਾ ਇੰਝ ਹੈ ਜਿਵੇਂ ਮਨ ਵਿੱਚੋਂ ਕਣ ਲੱਭਣਾ, ਹੈ ਨਾ। ਹੁਣ ਮਨ ਦੇ ਵਿੱਚੋਂ ਕਣ ਲੱਭਣਾ ਆਪਾਂ, ਤੁਸੀਂ ਫਿਰ ਕਿਹੜੇ ਐਸੇ ਹਵਾਲੇ ਦਿੱਤੇ ਜਿਹਦੇ ਵਿੱਚ ਤੁਸੀਂ ਦਾਅਵਾ ਕਰ ਸਕਦੇ ਹੋ ਵੀ ਕਲਗੀ ਨਾ ਸੰਤ ਸਿੰਘ ਕੋਲ ਹੈ ਨਾ ਸੰਗਤ ਸਿੰਘ ਕੋਲ ਹੈ, ਅਤੇ ਕਲਗੀ ਜਿਹੜੀ ਉਹ ਬਾਬਾ ਜੀਵਨ ਸਿੰਘ ਜੀ ਦੇ ਕੋਲ ਹੈ। ਹੁਣ ਮੈਂ ਪਹਿਲਾਂ ਤਾਂ ਇੱਕ ਸੰਗਤ ਸਿੰਘ ਦਾ ਆਪਾਂ ਵਿਚਾਰ ਕਰੀਏ। ਜਿਹੜਾ ਤੁਸੀਂ ਤਲਾਣੀਆ ਪਿੰਡ ਦੀ ਗੱਲ ਕੀਤੀ ਹੈ, ਉੱਥੇ ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਹੈ ਜੀ, ਉਹਨਾਂ ਨੇ 2013 ਦੇ ਵਿੱਚ ਕੇਸ ਕੀਤਾ ਮਾਨੋਗ ਹਾਈਕੋਰਟ ਦੇ ਵਿੱਚ, CWP ਨੰਬਰ 6356 ਫਾਈਲ ਕੀਤੀ ਵੀ ਜੀ ਜਿਹੜਾ ਸੰਗਤ ਸਿੰਘ ਉਹਨੂੰ ਕਲਗੀ 'ਤੇ ਪਿਸ਼ਾਕਾ ਦਿੱਤਾ ਗਿਆ ਚਮਕੌਰਗੜੀ 'ਚ, ਉਹਦਾ ਸੀਸ ਕੱਟ ਕੇ ਫਤਿਹਗੜ੍ਹ ਸਾਹਿਬ ਲਿਆਏ, ਉੱਥੇ ਉਹਦਾ ਸੰਸਕਾਰ ਕੀਤਾ, 4 ਏਕੜ ਜ਼ਮੀਨ ਜਿਹੜੀ ਦਿੱਤੀ ਜਾਵੇ। ਉਹਨਾਂ ਇਹ ਕੇਸ ਕਰਤਾ, ਸ਼੍ਰੋਮਣੀ ਕਮੇਟੀ ਨੂੰ ਨੋਟਿਸ ਹੋ ਗਿਆ ਅਤੇ ਪੰਜਾਬ ਨੇ 4 ਏਕੜ ਜ਼ਮੀਨ ਦਿੱਤੀ ਜਾਵੇ, ਕਹਿੰਦੇ ਦਿੱਤੀ ਜਾਵੇ। ਅੱਛਾ, ਦਿੱਤੀ ਜਾਵੇ, ਕੌਣ ਦੇਵੇ? ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਦੇਵੇ? ਹਾਂ, 4 ਏਕੜ ਜ਼ਮੀਨ ਦਾ ਅਸੀਂ ਉਹਦੀ ਯਾਦਗਾਰ ਬਣਾਉਣੀ ਹੈ। ਉਹਦਾ ਨੋਟਿਸ ਆ ਗਿਆ ਸ਼੍ਰੋਮਣੀ ਕਮੇਟੀ ਨੂੰ ਆ ਗਿਆ, ਪੰਜਾਬ ਸਰਕਾਰ ਨੂੰ ਆ ਗਿਆ। ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ, ਅਸੀਂ ਸ਼ਹੀਦ ਬਾਬਾ ਜੀ ਹੁਣ ਸੇ ਵਿੱਦਿਅਕ ਅਤੇ ਭਲਾਈ ਟਰੱਸਟ ਵੱਲੋਂ ਉਹਦੇ 'ਚ ਪਾਰਟੀ ਬਣ ਗਏ। ਪਾਰਟੀ ਬਣਨ ਤੋਂ ਬਾਅਦ ਮੈਂ ਜਿਹੜਾ ਹੈਗਾ ਆਪਣਾ ਜਵਾਬ ਦਾਵਾ ਫਾਈਲ ਕੀਤਾ, ਮੈਨੂੰ ਟਾਈਮ ਦਿੱਤਾ ਕੋਰਟ ਨੇ। ਮੈਂ ਕੋਰਟ ਨੂੰ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਦੇ ਟਾਈਮ 'ਚ 22/12/1666 ਤੋਂ ਲੈ ਕੇ 7/10/1708 ਤੱਕ 3 ਸੰਗਤ ਸਿੰਘ ਨਾਮ ਦੇ ਮਹਾਂਪੁਰਸ਼ ਹੋਏ। ਪਹਿਲਾ ਸੰਗਤ ਰਾਏ ਜੀ, ਜਿਹੜਾ ਜੰਗ ਬਜਰੂੜ ਸ਼ਹੀਦ ਆ, ਜਿਹਦਾ ਜ਼ਿਕਰ ਗੁਰੂ ਸਾਹਿਬ ਨੇ ਵਿਚਿੱਤਰ ਨਾਟਕ ਕੀਤਾ। ਦੂਜਾ ਸੰਗਤ ਸਿੰਘ ਰੰਗੇਟਾ, ਜਿਹੜਾ ਬਾਬਾ ਜੀ ਦਾ ਛੋਟਾ ਭਰਾ ਸੀ, ਉਹਦਾ ਜ਼ਿਕਰ ਸ਼੍ਰੋਮਣੀ ਕਮੇਟੀ ਵੀ ਕਰਦੀ ਹੈ ਅਤੇ ਹੋਰ ਵੀ ਕੈਰੇਟਰ ਕਰਦੇ। ਤੀਜਾ ਸੰਗਤ ਸਿੰਘ ਜਿਹੜਾ 1705 ਸੰਗਤ ਸਿੰਘ ਰੰਗਰੇਟਾ ਬਾਬਾ ਜੀਵਨ ਸਿੰਘ ਦਾ ਭਰਾ ਹੈ। ਅੱਛਾ, ਛੋਟਾ ਭਰਾ ਬਾਬਾ ਜੀਵਨ ਸਿੰਘ ਦਾ, ਜਿਹਦਾ ਜ਼ਿਕਰ ਗੁਰੂ ਸਾਹਿਬ ਦੇ ਦਰਬਾਰੀ ਕਵੀ ਕੰਕਣ ਨੇ ਕੀਤਾ। ਈਵਨ ਬਾਬਾ ਜੀਵਨ ਸਿੰਘ ਜੀ ਆਪਣੀ ਜਿਹੜੀ ਸ਼੍ਰੀ ਗੁਰੂ ਕਥਾ ਹੈ। ਤੁਹਾਨੂੰ ਇੰਝ ਨਹੀਂ ਲੱਗਦਾ ਪਿਆ ਕਿ ਤੁਸੀਂ ਜਿਹੜਾ ਉਹ ਰਾਮਦਾਸੀਏ ਸਿੱਖਾਂ ਵੱਲੋਂ ਬਾਬਾ ਸੰਗਤ ਸਿੰਘ ਹੈ, ਉਹ ਵੀ ਆਪਣੇ ਖੇਮੇ ਵਿੱਚ ਪਾਲਿਆ ਛੋਟਾ ਭਰਾ ਬਣਾ ਕੇ, ਤੇ ਕਲਗੀ ਵੀ ਆਪਣੇ ਖੇਮੇ ਵਿੱਚ ਪਾਲੀ? ਇਹ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਬਹੁਤ ਵੱਡਾ ਪਹਾੜ ਪਾ ਦੇਵਾਂਗੇ? ਨਹੀਂ, ਪਹਾੜ ਕੋਈ ਪਹਾੜ ਨਹੀਂ। ਜਿਹੜੇ ਅਸਲੀਅਤ ਇਹੀ ਹੈ, ਅਸਲ ਸੱਚ ਇਹੀ ਹੈ ਵੀ ਗੁਰੂ ਸਾਹਿਬ ਦੇ 3 ਸੰਗਤ ਸਿੰਘ ਹੋਏ। ਪਹਿਲਾ ਜੰਗ ਬਜਰੂੜ 'ਚ, ਦੂਜਾ ਬਾਬਾ ਜੀਵਨ ਸਿੰਘ ਭਰਾ ਜਿਹੜਾ ਚਮਕੌਰ 'ਚ, ਉਹਨੂੰ ਕਲੰਗੀ ਨਹੀਂ ਮਿਲੀ ਬਾਬਾ ਜੀਵਨ ਸਿੰਘ ਭਰਾ ਨੂੰ, ਅਤੇ ਤੀਜਾ ਸੰਗਤ ਸਿੰਘ ਜਿਹੜਾ ਹੈ 1705 ਨੂੰ ਜੰਗ ਮੁਕਤਸਰ ਸ਼ਹੀਦ ਹੋਇਆ। ਹੁਣ ਇਹਨਾਂ ਨੇ 4 ਸੰਗਤ ਸਿੰਘ ਨਕਲੀ ਪੈਦਾ ਕਰ ਲਏ, ਜਿਹੜੇ ਮੈਂ ਆਪਣੇ ਹਲਫੀਏ ਬਿਆਨ 'ਚ ਲਿਖੇ, 3 ਅਸਲੀ ਲਿਖੇ। ਨਕਲੀ ਸ਼ਬਦ ਵਰਤਿਆ ਤੁਸੀਂ? ਮੈਂ ਨਕਲੀ ਵਰਤਿਆ, ਲਿਖਿਆ ਲਿਖਿਆ ਮਨ ਘੜਤ ਸੰਗਤ ਸਿੰਘ। ਅੱਛਾ, 4 ਮਨ ਘੜਤ। ਪਹਿਲਾ ਸੰਗਤ ਸਿੰਘ ਹੀਰ ਜਿਹੜੇ ਤਲਾਣੀ ਵਾਲੇ ਕਹਿੰਦੇ, ਉਹਨੂੰ ਕਲੰਗੀ ਮਿਲੀ ਹੈ ਜੀ ਰਮਦਾਸੀਏ ਭਾਈਚਾਰੇ 'ਚੋਂ। ਦੂਜਾ ਸੰਗਤ ਸਿੰਘ ਮਠਾਣ, ਪਿੰਡ ਕੱਟਾ ਸਬੋੜ, ਜ਼ਿਲ੍ਹਾ ਰੋਪੜ, ਨਰਿੰਦਰ ਸਿੰਘ ਸਾਥੀ ਕਹਿੰਦਾ ਜੀ ਕਲੰਗੀ ਤਾਂ ਮਠਾਣ ਨੂੰ ਮਿਲੀ ਹੈ, ਮਠਾਣ ਗੋਤਰ ਨੂੰ। ਅਤੇ ਤੀਜਾ ਸੰਗਤ ਸਿੰਘ ਬਨਾਰਸ ਵਾਲਾ, ਉਹ ਕਹਿੰਦੇ ਜੀ ਬਨਾਰਸ ਤੋਂ ਆਇਆ ਸੀ ਰਵਿਦਾਸ ਜੀ ਦੇ ਕੁੱਲ ਵਿੱਚੋਂ, ਉਹ ਸੰਗਤ ਸਿੰਘ ਨੂੰ ਕਲੰਗੀ ਮਿਲੀ। ਚੌਥਾ ਸੰਗਤ ਸਿੰਘ ਡਾਕਟਰ ਹਰਜਿੰਦਰ ਸਿੰਘ ਦਲਗੀਰ, ਪੱਟੀ ਤੋਂ ਹੈ,
ਉਹ ਕਹਿੰਦਾ ਜੀ ਉਹ ਸੰਗਤ ਸਿੰਘ ਛਾਬੜੇ ਗੋਤਰ ਦਾ ਸੀ, ਹੁਣ ਸੰਗਤ ਸਿੰਘ ਚਾਰ ਹੋ ਗਏ, ਕਲੰਗੀ ਤੇ ਪਛਾਕਾ ਇੱਕ, ਚਾਰਾਂ ਨੂੰ ਕਲੰਗੀ ਕਿਵੇਂ ਦਿੱਤੀ ਜਾ ਸਕਦੀ ਹੈ? ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਮੈਂ ਹਲਫੇ ਬਿਆਨ ਦਿੱਤਾ, ਉਹਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਕੋਰਟ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਹਿੰਦੇ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਤਿੰਨੇ ਯੂਨੀਵਰਸਿਟੀਆਂ ਪ੍ਰੈਸ ਰਿਸਰਚ ਬੋਰਡ, ਉਹ 'ਚ ਉਹਨਾਂ ਨੇ ਖੋਜ ਕਰਕੇ ਕਿਹਾ ਵੀ ਪੁਰਾਣਕ ਪੁਰਾਤਨ ਸਮਕਾਲੀ ਇਤਿਹਾਸ ਵਿੱਚ ਇੱਕ ਵੀ ਹਵਾਲਾ ਇਸ ਦੇ ਵਿੱਚ ਕਿਸੇ ਸੰਗਤ ਸਿੰਘ ਦਾ ਸੰਸਕਾਰ ਸੀਸ ਦਾ ਸੰਸਕਾਰ ਫਤਿਹਗੜ੍ਹ ਸਾਹਿਬ ਨਹੀਂ ਹੋਇਆ। ਜਿਹੜੀ ਜਗ੍ਹਾ ਹੈਗੀ ਉਹ 4 ਏਕੜ, ਉਹ ਰੱਥ ਸਾਹਿਬ ਹੈ ਗੁਰਦੁਆਰਾ, ਉਹ 4 ਸਾਹਿਬਜ਼ਾਦਿਆਂ ਨੇ ਉੱਥੇ ਰੱਥ ਸਾਹਿਬ ਉਤਰੇ ਸੀ, ਉਹ ਜਗ੍ਹਾ ਸਾਹਿਬਜ਼ਾਦਿਆਂ ਦੇ ਨਾਲ। ਅੱਛਾ, ਸਾਹਿਬਜ਼ਾਦਿਆਂ ਦੀ ਜਗ੍ਹਾ ਲੈਣ ਵਾਸਤੇ ਕਹਿ ਰਹੇ ਨੇ? ਵਾਸਤੇ ਕਹਿ ਰਹੇ ਸੀ ਵੀ ਉਹ 4 ਸਾਹਿਬਜ਼ਾਦਿਆਂ ਦੀ ਜਗ੍ਹਾ ਹੈਗੀ ਰੱਥ ਸਾਹਿਬ ਜਗ੍ਹਾ, ਉਹ ਉਹਨਾਂ ਦੇ ਨਾਂ 'ਤੇ ਜਗ੍ਹਾ, ਸੋ ਇਸ ਕਰਕੇ ਕੋਰਟ ਨੇ ਜਿਹੜੀ ਡਿਸਮਿਸ ਕਰਤੀ। ਹੁਣ ਆਪਾਂ ਜਿਹੜੀ ਹੈ ਵੀ ਇੱਥੇ ਗੱਲ ਇਹ ਸਿੱਧ ਹੁੰਦੀ ਹੈ ਵੀ ਗੁਰੂ ਸਾਹਿਬ ਦੇ 3 ਨੇ 4 ਨਕਲੀ ਪੈਦਾ ਕਰ ਲਏ। ਹੁਣ ਸੰਗਤ ਸਿੰਘ ਜਿਹੜੇ ਸਿੱਖ ਇਤਿਹਾਸ ਵਿੱਚ 3 ਹੋ ਗਏ, 4 ਇਹਨੇ ਨਕਲੀ ਪੈਦਾ ਕਰ ਲਏ, ਇੱਕ ਅਸਲੀ ਸੰਗਤ ਸਿੰਘ ਹੋਰ ਹੈ ਜਿਹੜਾ ਕਿ ਸੰਗਤ ਸਿੰਘ ਬੰਗੇਸਰੀ ਹੈ, ਉਹ ਨਖਾਸ ਚੌਕ ਲਾਹੌਰ ਦੇ, ਉਹਦੇ ਬਾਪ ਦਾ ਨਾਂ ਆਪਣਾ ਉਹਦੇ ਬਾਪ ਦਾ ਨਾਂ ਅਸੀਂ ਉਹ ਜਿਹੜਾ ਹੈ ਸੰਗਤ ਸਿੰਘ ਬੰਗੇਸਰੀ ਉਹ ਨਖਾਸ ਚੌਕ ਲਾਹੌਰ ਵਿੱਚ ਭਾਈ ਮਨੀ ਸਿੰਘ ਦੇ ਨਾਲ ਸੀ ਆਪਣੇ 24 ਜੂਨ 1734 ਨੂੰ। ਸੋ ਇਹ ਸੰਗਤ ਸਿੰਘ ਹੈ ਸਾਰੇ, ਯਾਨੀ ਟੋਟਲ 6 ਸੰਗਤ ਸਿੰਘ ਹੈ ਜਿਨ੍ਹਾਂ ਨੂੰ ਕਲੰਗੀ 'ਤੇ ਕਲੇਮ ਕੀਤੀ ਜਾਂਦੀ ਹੈ, ਲੇਕਿਨ 4 ਨਕਲੀ ਹੈ। ਔਰ ਮੈਂ ਇੱਕ ਹੋਰ ਗੱਲ ਤੁਹਾਨੂੰ ਬੜੀ ਇੰਟਰਸਟਿੰਗ ਦੱਸਦਾ, ਕੋਈ ਬੰਦਾ ਮੈਨੂੰ ਦਿਖਾ ਦਿਉ ਵੀ ਇਹ ਜਿਹੜੇ ਸੰਗਤ ਸਿੰਘ ਨੂੰ ਕਹਿੰਦੇ ਕਲੰਗੀ ਦਿੱਤੀ, 14 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਜੰਮੂ ਤੋਂ ਪਹਿਲਾਂ, 13 ਲੜਾਈਆਂ ਲੜੀਆਂ, ਮੈਨੂੰ ਇੱਕ ਲੜਾਈ 'ਚ ਹਵਾਲਾ ਦਿਖਾ ਦਿਉ, ਇੱਕ ਲੜਾਈ 'ਚ ਦਿਖਾ ਦਿਉ ਕਿਸੇ ਸੰਗਤ ਸਿੰਘ ਨੇ ਕਿਸੇ ਸੰਗਤ ਸਿੰਘ ਦਾ ਵੀ ਕੋਈ ਸੰਗਤ ਸਿੰਘ ਹੋਇਆ ਹੋਵੇ। ਅੱਛਾ, ਹੁਣ ਜਿਹੜੀ ਹੈ ਕੋਰਟ ਤੋਂ ਬਾਅਦ ਆਈਏ ਆਪਾਂ ਇਹਦੇ 'ਚ ਵੀ ਬਾਬਾ ਜੀਵਨ ਸਿੰਘ ਨੂੰ ਕਿਉਂ ਕਹਿੰਦੇ ਅਸੀਂ? ਹੁਣ ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ ਕੰਕਣ, ਉਹਨੇ ਸੰਖੇਪ 10 ਗੁਰਕਥਾ ਲਿਖੀ ਹੈ, ਔਰ ਉਹਦੀ ਇੱਕ ਕਾਪੀ ਪਾਕਿਸਤਾਨ ਦੇ ਵਿੱਚ ਪੰਜਾਬ ਸਟੇਟ ਲਾਇਬ੍ਰੇਰੀ ਹੈ ਉੱਥੇ ਪਈ ਹੈ ਹੱਥ ਲਿਖਤ ਜੀ। ਉੱਥੇ ਦੀ ਇੱਕ ਰਾਈਟਰ ਹੈਗੀ ਸੈਯਦ ਅਫਰ ਅਦੀ ਲਾਹੌਰ ਪਾਕਿਸਤਾਨ, ਉਹਨੇ ਵੀ ਸੰਪਾਦਨ ਕੀਤਾ ਇੱਕ ਵੱਖਰੇ ਖਰੜੇ ਤੋਂ। ਭਾਸ਼ਾ ਵਿਭਾਗ ਦੇ ਡਾਕਟਰ ਗੁਰਮੁਖ ਸਿੰਘ ਨੇ ਸੰਖੇਪ 10 ਗੁਰਕਥਾ, ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ 52 ਕਵੀਆਂ 'ਚੋਂ ਕਵੀ ਕੰਕਣ, ਉਹਦੀ ਰਚਨਾ ਦਾ ਸੰਪਾਦਨ ਕੀਤਾ ਸੰਖੇਪ 10 ਗੁਰਕਥਾ, ਲੇਖਕ ਗੁਰੂ ਸਾਹਿਬ ਦਾ ਦਰਬਾਰੀ ਕਵੀ ਕੰਕਣ, ਸੰਪਾਦਨ ਡਾਕਟਰ ਗੁਰਮੁਖ ਸਿੰਘ ਭਾਸ਼ਾ ਪੰਜਾਬ। ਉਹ ਕਹਿੰਦਾ ਹੈ ਨਿੱਜ ਕਲੰਗੀ ਸਿਰ ਦਈ ਸਜਾਏ, ਦਈ ਪੌਸ਼ਾਕ ਆਪਣੀ ਪਹਿਰਾਏ, ਜੀਵਨ ਸਿੰਘ ਕੋ ਬੁਰਜ ਬਿਠਾਏ, ਤਜਗੜੀ ਗੁਰੂ ਗੋਬਿੰਦ ਸਿੰਘ ਜਾਏ, ਅੰਤ ਅਕੇਲਾ ਗੜਵੇਂ ਬੰਦੂਖੀ ਪ੍ਰਵੀਨ, ਜੀਵਨ ਸਿੰਘ ਰਿੰਗ ਰੇਟੜੋ ਜੂਝ ਗਿਓ ਸੰਗ ਦੀਨ, ਵਜ਼ੀਰਾ ਅਤੀ ਪ੍ਰਸੰਨ ਭਈਓ, ਲਈਓ ਮਾਰ ਗੋਬਿੰਦ ਦਿੱਲੀ ਧਾਇਓ ਸੀਸ ਲੈ ਖੁਸ਼ੀ ਕਰ ਨਰਿੰਦ। ਉਸ ਤੋਂ ਬਾਅਦ ਗੁਰੂ ਸਾਹਿਬ ਦਾ ਸਮਕਾਲੀ ਇਤਿਹਾਸਕਾਰ ਹੈ ਭਗਤ ਸਿੰਘ, ਔਰ ਉਹਦੀ ਪੁਸਤਕ ਹੈਗਾ ਗੁਰਬਲਾ 6, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਪਾਦਨ ਕੀਤੀ ਹੈ। ਉਹਦੇ ਪੰਨਾ 800-815 'ਤੇ ਹੈ, ਜੀਵਨ ਸਿੰਘ ਗੁਰ ਕਾ ਸਿੱਖ ਹੋਏ, ਗੁਰਸਾਮ ਰੂਪ ਭੇਦ ਨਾਹੀਂ ਕੋਏ, ਥਾਂ ਕੋ ਆਪਣੀ ਠੌਰ ਬਿਠਾਏ, ਦੇਹ ਗੁਰਈ ਮਾਹਤ ਟਿਕਾਏ। ਇਸੇ ਤਰ੍ਹਾਂ ਹੀ ਰਤਨ ਸਿੰਘ ਭੰਗੂ ਦੀ ਰਚਨਾ ਹੈਗੀ ਪ੍ਰਾਚੀਨ ਪੰਥ ਪ੍ਰਕਾਸ਼ 1958, ਉਹ ਲਿਖਦਾ ਜੀਵਨ ਸਿੰਘ ਰੰਗਰੇਟੜੋ ਬੰਦੂਖੀ ਖੂਬਾ ਖਵਾਵੇ, ਇੱਕ ਬੁਰਜ ਕੇ ਮੱਧਮੇ ਬੇਹੋ ਇਕਲੀ ਤੋਂ ਪਾਵੇ। ਜੇ ਉਹ ਬੁਰਜ ਵਿੱਚ ਇਕੱਲਾ ਬੈਠਾ ਸੀ, ਇਹਦਾ ਮਤਲਬ ਉਹਦੇ ਸਿਰ 'ਤੇ ਕਲੰਗੀ ਸੀ। ਇਸ ਤਰ੍ਹਾਂ ਹੀ ਗਿਆਨੀ ਗਿਆਨ ਸਿੰਘ ਕਹਿੰਦਾ ਕਿ ਉਹ ਜਦੋਂ 22 ਦਸੰਬਰ ਨੂੰ ਗੁਰੂ ਸਾਹਿਬ ਚਮਕੌਰ ਛੱਡਣ ਤੋਂ ਬਾਅਦ, ਉਹ ਲਾਈਨਾਂ ਮੈਂ ਇਹਦੇ 'ਚ ਦੇਖ ਕੇ ਦੱਸ ਦਿੰਦਾ ਜੀ, ਅਤੇ ਉਹਦੇ 'ਚੋਂ ਕਹਿੰਦਾ ਹੈ ਵੀ ਉਹ ਤਾਂ ਚਮਕੌਰ ਸਿੰਘ ਥੇ ਜੀਵਨ ਸਿੰਘ ਮਜ਼ਬੀ ਲੋ ਤੇ ਮੁਗਲ ਸੈਨ ਚੜ੍ਹੀ ਤੁਰਕ ਸੈਨ ਚੜ੍ਹੀ ਪਾਨੇ ਪਤ ਤੋੜੀ ਗੜੀ ਤੋੜ ਗੜੀ ਬੜੀ ਮਹਾਨੀ ਜੀ। ਉਹ ਕਹਿੰਦਾ ਵੀ 23 ਦਸੰਬਰ ਨੂੰ ਜੀਵਨ ਸਿੰਘ ਜੀ ਬਾਕੀ ਸਿੰਘ ਸ਼ਹੀਦ ਹੋ ਗਏ, ਲੇਖਕ ਨੂੰ ਚੜ੍ਹਾ ਅਤੇ ਸ਼ਹੀਦ ਹੋ ਗਿਆ, ਤਾਂ ਇਹਦਾ ਮਤਲਬ ਜੇ ਉਹ ਬਾਅਦ 'ਚ ਸ਼ਹੀਦ ਹੋਇਆ ਤਾਂ ਇਹਦਾ ਮਤਲਬ ਸਿਰ 'ਤੇ ਕਲੰਗੀ ਸੀ। ਇਵੇਂ ਹੀ ਪੰਜਾਬ ਸਰਕਾਰ ਦਾ ਗਜ਼ਟੀਅਰ ਪੰਜਾਬ ਜਿਹੜਾ ਡਿਸਟ੍ਰਿਕਟ ਰੋਪੜ, ਉਹਦੇ ਪੰਨਾ 445 'ਤੇ ਕਿਹਾ ਵੀ ਜਦ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਛੱਡੀ ਤਾਂ ਉਹ ਕਮਾਂਡ ਬਾਬਾ ਜੀਵਨ ਸਿੰਘ ਸੰਭਾਲ ਗਏ, ਜੇ ਕਮਾਂਡ ਨੂੰ ਸੰਭਾਲੀ ਤਾਂ ਹੀ ਸੀ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਗਜ਼ਟ 10 ਦਸੰਬਰ 1993 ਪੰਨਾ 22 'ਤੇ ਕਲੰਗੀ ਭਾਈ ਬਾਬਾ ਜੀਵਨ ਸਿੰਘ ਦਿੱਤੀ ਹੈ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 2100। ਪਰ ਮੇਰੀ ਇਹ ਗੱਲ ਸੁਣੋ, ਤੁਸੀਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਦੇ ਰਹੇ ਹੋ, ਮੈਂ ਉਹ ਹਵਾਲੇ ਸੁਣਦਾ ਪਿਆ, ਦਰਸ਼ਕ ਵੀ ਸਾਡੇ ਹਵਾਲੇ ਸੁਣਦੇ ਪਏ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਬਾਬਾ ਸੰਗਤ ਸਿੰਘ ਟਰੱਸਟ ਜਿਹੜਾ ਮਿਲਿਆ, ਠੀਕ ਹੈ, ਇਹਨਾਂ ਨੇ ਮਿਲ ਕੇ ਟੌੜਾ ਸਾਹਿਬ ਦੇ ਵੇਲੇ ਸਾਰੀ ਪ੍ਰਵਾਨਗੀ ਲਈ ਹੈ? ਕੋਈ ਪ੍ਰਵਾਨਗੀ ਨਹੀਂ ਲਈ। ਹਾਂ, ਟੌੜਾ ਸਾਹਿਬ ਨੇ ਕੋਈ ਪ੍ਰਵਾਨਗੀ ਨਹੀਂ ਰਿਟਨ, ਕੁਛ ਨਹੀਂ, ਬਰਬਲੀ ਬਰਬਲੀ ਵੀ ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ,
ਦਿਖਾਓ ਤਾਂ ਸਹੀ ਸਾਨੂੰ ਕੋਰਟ 'ਚ ਪੇਸ਼ ਕਰਦੇ। ਕੋਰਟ ਦੇ ਵਿੱਚ ਮਾਮਲਾ ਲੈ ਕੇ ਕੌਣ ਗਿਆ ਸੀ ਕਲਗੀ ਦਾ? ਇਹ ਲੈ ਕੇ ਗਏ ਸੀ। ਹੁਣ ਕਲਗੀਆਂ ਵਾਲੇ ਨੇ ਕਲਗੀ ਸਿੱਖ ਨੂੰ ਦਿੱਤੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਕੋਰਟ ਨੂੰ ਪੁੱਛਦੇ ਪਏ ਵੀ ਤੁਸੀਂ ਡਿਸਾਈਡ ਕਰੋ ਕਲਗੀ ਕਿਹਨੂੰ ਦਿੱਤੀ ਹੈ? ਅੱਛਾ, ਇਹ ਕੋਰਟ 'ਚ ਲੈ ਗਏ, ਤੁਸੀਂ ਲੈ ਗਏ ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਤਲਾਣੀਆਂ, ਹਾਂ ਉਹ ਲੈ ਕੇ ਗਏ ਕੋਰਟ 'ਚ, ਹੋਰ ਤਾਂ ਕੋਈ ਲੈ ਕੇ ਗਿਆ? ਅੱਛਾ, ਇਹ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ? ਉਹ ਲੈ ਕੇ ਹੁਣ ਜਦੋਂ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ ਔਰ ਤੁਸੀਂ ਇਹ ਸਾਰੇ ਤੱਥ ਦਿੱਤੇ ਵੀ ਇਹ ਮਨ ਕੱਢਨੇ, ਉਸ ਤੋਂ ਬਾਅਦ ਇਹਨਾਂ ਨੇ ਤੁਹਾਡੀਆਂ ਗੱਲਾਂ ਦੇ ਹਵਾਲੇ ਵਿੱਚ ਇਹਨਾਂ ਦੇ ਵਕੀਲ ਨੇ ਕੀ ਜਵਾਬ ਦਿੱਤਾ? ਕੋਈ ਜਵਾਬ ਨਹੀਂ ਦਿੱਤਾ ਉਹਨੇ। ਮਾਮਲਾ ਵੀ ਕੋਰਟ 'ਚ ਲੈ ਕੇ ਗਏ, ਜਵਾਬ ਵੀ ਕੋਈ ਨਹੀਂ, ਉਹਨੇ ਕੋਈ ਤਾਂ ਜਵਾਬ ਨਹੀਂ ਦਿੱਤਾ। ਉਹ ਤਾਂ ਜਦੋਂ ਮਤਲਬ ਜਦੋਂ ਇਹਨਾਂ ਦੀ ਉਹਨਾਂ ਰਿਪੋਰਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਜੱਜ ਨੇ ਪੜ੍ਹੀ ਰਿਪੋਰਟ, ਪੜ੍ਹ ਕੇ ਉਹਨੇ ਜਦੋਂ ਮਾਰੀ ਫਾਈਲ ਥੱਲੇ ਸੁੱਟਤੀ, ਉਹਨੇ ਕਿਹਾ ਕੋਈ ਤੁਹਾਡੀ ਗੱਲ ਸੁਣਨ ਦੇ ਮਤਲਬ ਹੀ ਨਹੀਂ। ਆਹ ਜਿਹੜੀ ਵਿਦਵਾਨ ਤਿੰਨ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਇਹ ਗੱਲ ਸਿੱਧ ਕਰਤੀ ਵੀ ਕਿਸੇ ਵੀ ਸੰਗਤ ਦੇ ਸੀਸ ਦਾ ਸੰਸਕਾਰ ਕੱਟ ਕੇ ਇੱਥੇ ਲਿਆ ਹੀ ਨਾ ਸੰਸਕਾਰ ਹੋਇਆ ਫਤਿਹਗੜ੍ਹ ਸਾਹਿਬ। ਪਰ ਜਿਹੜਾ ਇਹਨਾਂ ਨੇ ਜੇ ਇਹ ਗੱਲ ਕੀਤੀ ਹੈ ਤਲਾਣੀਆਂ ਵਾਲਿਆਂ ਨੇ ਵੀ ਜਿਹੜਾ ਸੀਸ ਹੈ ਉੱਥੋਂ ਲੈ ਕੇ ਅਤੇ ਇੱਥੇ ਆਏ ਅਤੇ ਇੱਥੇ ਸੰਸਕਾਰ ਕੀਤਾ, ਇਹਨਾਂ ਨੇ ਕਿਹੜੇ ਗ੍ਰੰਥ ਦਾ ਹਵਾਲਾ ਦਿੱਤਾ? ਕੋਈ ਦਿੱਤਾ ਹੀ ਨਹੀਂ ਹਵਾਲਾ, ਕੋਈ ਨਹੀਂ। ਜਿਹੜੀ 6356 CWP ਨੰਬਰ 6356, ਉਹਦੇ 'ਚ ਕਿਸੇ ਵੀ ਸਮਕਾਲੀ ਗ੍ਰੰਥ ਦਾ ਇੱਕ ਹਵਾਲਾ ਨਹੀਂ, ਇੱਕ ਵੀ ਹਵਾਲਾ। ਔਰ ਇਹ ਵੀ ਨਹੀਂ ਕੋਈ ਹਵਾਲਾ ਉਹਦੇ 'ਚ ਦਿੱਤਾ, ਸਿਰਫ ਕਹਿਤਾ ਜੀ ਉਹਦਾ ਸੀਸ ਕੱਟ ਕੇ ਲੈ ਗਿਆ, ਸਾਨੂੰ 4 ਏਕੜ ਜ਼ਮੀਨ ਦਿਓ। ਕੋਈ ਹਵਾਲਾ ਨਹੀਂ, ਕੋਈ ਕੁਛ ਨਹੀਂ। ਪਰ ਜੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੀਏ, ਜਾਂ ਬਾਪੂ ਸੋਹਣ ਸਿੰਘ ਸੀਤਲ ਨੂੰ ਪੜ੍ਹੀਏ, ਜਾਂ ਇਸ ਤੋਂ ਅੱਗੇ ਕਾਨ ਸਿੰਘ ਨਾਭਾ ਨੂੰ, ਇਹ ਜ਼ਿਆਦਾਤਰ ਸਾਰੇ ਅੱਜ ਜੋ ਪ੍ਰਚਲਿਤ ਬੁੱਕਸ ਦੇ ਵਿੱਚ ਆਉਂਦਾ ਉਹ ਤਾਂ ਬਾਬਾ ਸੰਤ ਸਿੰਘ ਅਤੇ ਬਾਬਾ ਸੰਗਤ ਸਿੰਘ ਦੇ ਆ ਰਿਹਾ। ਜਦੋਂ ਕਾਨ ਸਿੰਘ ਨਾਭੇ ਤਾਂ ਤੁਸੀਂ ਗੱਲੇ ਛੱਡੋ, ਮੈਂ ਤੁਹਾਨੂੰ 3 ਇੰਸਟਾਂਸ ਦੱਸਦੇ, ਪੰਨਾ 240, ਪੰਨਾ 243 ਅਤੇ ਪੰਨਾ 981, ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਲਿਖੀ ਜਾ ਰਿਹਾ ਉਹ ਤਾਂ ਉਹਨਾਂ ਤਾਂ ਸਮਕਾ ਚੇਂਜਸ ਕੀਤੀਆਂ, ਉਹਨਾਂ ਜਿਹੜੀ ਮੂਲ ਰਚਨਾ ਹੈ ਉਹਨੂੰ ਬਦਲਿਆ। ਭਾਈ ਸੁੱਖਾ ਸਿੰਘ ਦਾ ਹਵਾਲਾ ਦਿੱਤਾ 243 ਤੇ ਮੂਲ ਰਚਨਾ, ਪਤਾ ਕਾਨ ਸਿੰਘ ਨਾਭਾ ਨੇ ਬਦਲਿਆ ਕਿ ਉਸ ਤੋਂ ਬਾਅਦ ਤਬਦੀਲੀਆਂ ਕੀਤੀਆਂ ਲੋਕਾਂ ਨੇ, ਬਾਤਚੀਤ ਕੀਤੀਆਂ, ਸਾਜ਼ਿਸ਼ਾਂ ਤੇ ਰੋਜ਼ ਚੱਲਦੀਆਂ ਨੇ ਨਾ। ਬਿਲਕੁਲ, ਇਹ ਹੋ ਸਕਦਾ ਜਿਨ੍ਹਾਂ ਨੇ ਇਹ ਕੀਤਾ ਹੈ। ਹੁਣ ਜਿਹੜਾ ਸੂਰਜ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਉਹਦੀ ਕਥਾ ਹੁੰਦੀ ਗੁਰਦੁਆਰਿਆਂ 'ਚ, ਉੱਥੇ ਗਲਤ ਇਤਿਹਾਸ ਦੀ ਹੋ ਰਹੀ ਹੈ, ਕਿਉਂਕਿ ਜਦੋਂ ਸੂਰਜ ਗ੍ਰੰਥ ਕਹਿੰਦਾ ਵੀ ਕਲਗੀ ਜੇ ਸੰਤ ਸਿੰਘ ਦਿੱਤੀ ਸੰਗਤ ਨੂੰ ਪੂਜਣਗਾ, ਮੈਂ ਇਸ ਵਿਵਾਦ 'ਚ ਨਹੀਂ ਪੈਣਾ, ਗੱਲੀ ਨਿਬੜ ਗਈ, ਕਲੀਅਰ ਹੈ ਉਹ। ਅੱਛਾ, ਮੈਂ ਤੁਹਾਨੂੰ ਦੱਸਦਾ, ਨਾ ਭਾਈ ਗੁਰਬਲਾਸ ਪਾਤਸ਼ਾਹੀ 10 ਭਾਈ ਕਵੀ ਕੋਇਰ ਸਿੰਘ, ਨਾ ਸੁੱਖਾ ਸਿੰਘ, ਨਾ ਆਪਣਾ ਇਹ ਕੀ ਨਾਂ ਇਹਦਾ ਸੰਤੋਖ ਸਿੰਘ, ਨਾ ਕਾਨ ਸਿੰਘ ਨਾਭਾ, ਨਾ ਗਿਆਨੀ ਗਿਆਨ ਸਿੰਘ, ਇਹ ਕੋਈ ਬੰਦੇ ਕਲੀਅਰ ਨਹੀਂ। ਪਰ ਕੁਛ ਸੱਜਣਾਂ ਦਾ ਦਾਅਵਾ ਇਹ ਵੀ ਕਰਦੇ ਹੈ, ਕਹਿੰਦੇ ਕਿ ਜਿਹੜੇ ਬਾਬਾ ਜੀਵਨ ਸਿੰਘ ਜੀ ਨੇ ਉਹ ਗੁਰੂ ਸਾਹਿਬ ਜੀ ਤੋਂ 10 ਸਾਲ ਵੱਡੇ ਸਨ। ਗਲਤ ਹੈ। ਅੱਛਾ, ਕਿੰਨਾ ਵੱਡੇ ਤੁਸੀਂ ਮੰਨਦੇ ਹੋ? 5 ਸਾਲ ਸੀ। 5 ਸਾਲ ਵੱਡੇ ਸਨ, ਚਲੋ 5 ਸਾਲ ਵੀ ਆਪਾਂ ਲਾ ਲਈਏ। ਕਹਿੰਦੇ 5 ਸਾਲ ਵੱਡੇ ਸਨ ਅਤੇ ਕਹਿੰਦੇ 5 ਸਾਲ ਵੱਡੇ ਹੋਣ ਕਰਕੇ ਅਤੇ ਸਰੀਰ ਦੀ ਬਣਤਰ ਦਾ ਵੀ ਥੋੜ੍ਹਾ ਅੰਤਰ ਹੋਵੇਗਾ ਜੋ ਦਾਅਵਾ ਕੀਤਾ ਜਾਂਦਾ। ਮੈਂ ਕਹਿੰਦਾ ਵੀ ਉਹ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਸਾਨੂੰ ਮਿਲ ਜਾਣ ਜੋ ਅਸੀਂ ਪੜ੍ਹੇ ਨੇ, ਹੋ ਸਕਦਾ ਉਹ ਮੈਂ ਪੜ੍ਹੇ ਨੇ, ਸਾਡੇ ਦਰਸ਼ਕਾਂ ਨੇ ਨਹੀਂ ਪੜ੍ਹੇ। ਮੇਰਾ ਸਵਾਲ ਸੁਣ ਲਓ, ਉਸ ਤੋਂ ਬਾਅਦ ਤੁਸੀਂ ਜਵਾਬ ਦੇ ਦਿਓ। ਕਿਹਾ ਜਾਂਦਾ ਹੈ ਕਿ ਉਹ ਵੱਡੇ ਸਨ ਅਤੇ ਵੱਡੇ ਹੋਣ ਕਰਕੇ ਸਰੀਰਕ ਬਣਤਰ ਦਾ ਵੀ ਥੋੜ੍ਹਾ ਅੰਤਰ ਹੁੰਦਾ। ਕਹਿੰਦੇ ਜਿਹੜੇ ਬਾਬਾ ਸੰਗਤ ਸਿੰਘ ਜੀ ਸੀ ਉਹਨਾਂ ਦਾ ਜਿਹੜਾ ਚਿਹਰਾ ਹੁਲੀਆ ਜਿਹੜਾ ਨਾ ਉਹ ਕਲਗੀਧਰ ਪਿਤਾ ਮਹਾਰਾਜ ਜੀ ਵਰਗਾ ਸੀ, ਇਸ ਕਰਕੇ ਕਲਗੀ ਉਹਨਾਂ ਦੇ ਸੀਸ ਦੇ ਉੱਪਰ ਸਜਾਈ ਸੀ ਕਿ ਮੇਰੇ ਇੱਥੇ ਰਹਿਣ ਦਾ ਭੁਲੇਖਾ ਪਵੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰੇ ਬਾਰੇ ਇਹਦੇ ਬਾਰੇ ਕਹਿਣਾ ਜੀ, ਗੁਰੂ ਸਾਹਿਬ ਦੀ ਉਮਰ 38 ਸਾਲ ਸੀ ਚਮਕੌਰਗੜੀ 'ਚ, ਬਾਬਾ ਜੀ ਨੂੰ ਸੀ 42-42 ਸਾਲ ਸੀ, ਕਿੰਨਾ ਕੁ ਫਰਕ ਸੀ। ਦੂਜੀ ਗੱਲ, ਕਿਹਨੇ ਦੇਖਿਆ ਵੀ ਉਹਦਾ ਚਿਹਰਾ ਮਿਲਦਾ ਗੁਲਦਾ ਸੀ? ਕੋਈ ਸਮਕਾਲੀ ਕਵੀ ਕਹਿੰਦਾ? ਕੋਈ ਸਮਕਾਲੀ ਕਵੀ ਜੇ ਤਾਂ ਕਹਿੰਦਾ ਹੋਵੇ, ਇਹ ਤਾਂ ਅਸੀਂ ਮੰਨੀਏ ਵੀ ਉਹਨੂੰ ਕਲੰਗੀ ਦਿੱਤੀ ਹੈ। ਇਹ ਤਾਂ ਸਭ ਚੇਂਜਸ ਕੀਤੀਆਂ, ਮੈਂ ਤੁਹਾਨੂੰ ਦੱਸਿਆ ਵੀ ਆਹ ਜਿਹੜੇ ਮੈਂ ਨਾਮ ਦੀ ਤੁਹਾਨੂੰ ਤੁਸੀਂ ਆ ਦਿਖਾਈ ਆ ਕਿਤਾਬ, ਇਹ 'ਚ ਮੈਂ ਸਪਸ਼ਟ ਲਿਖਿਆ ਵੀ ਪ੍ਰਾਚੀਨ ਸਿੱਖ ਇਤਿਹਾਸ ਦੇ ਰਿਕਾਰਡ ਨਾਲ ਛੇੜਛਾੜ ਪਾਤਰਾਂ ਦੇ ਨਾਮਾਂ ਦੀ ਤਬਦੀਲੀ, ਨਾਵਾਂ ਦੀ ਤਬਦੀਲੀ ਕੀਤੀ ਗਈ ਹੈ। ਐਵੇਂ ਨਹੀਂ ਕੋਈ ਮਤਲਬ ਇਹਨਾਂ ਨਾਮ ਬਦਲੇ ਹੈ, ਕੋਈ ਮਤਲਬ ਉਹ ਨਹੀਂ। ਪਰ ਤੁਸੀਂ ਆਹ ਜਿਹੜੀ ਪਿੱਕ ਲਈ ਹੈ ਇਹ ਬਾਬਾ ਜੀਵਨ ਸਿੰਘ ਦੀ ਪਿੱਕ ਲਈ ਹੈ? ਬਿਲਕੁਲ। ਇੱਥੇ ਕਲਗੀ ਕਿੱਥੇ ਹੈ? ਇਹ ਨਹੀਂ, ਇਹ ਤਾਂ ਸਿੰਪਲ ਹੈ, ਜੰਗੀ ਬਾਣੇ ਦੀ ਫੋਟੋ ਹੈ ਕਲਗੀ ਵਾਲੀ ਲਈ, ਕਲਗੀ ਵਾਲੀ ਤਾਂ ਹੈ ਜੀ। ਅਤੇ ਜੇ ਹੁਣ ਚਮਕੌਰ ਸਾਹਿਬ ਦੀ ਗੱਲ ਕਰੀਏ, ਜਿਹੜਾ ਉੱਥੇ ਅਸਥਾਨ ਬਣਿਆ ਆ ਬਿਲਕੁਲ ਗੜੀ ਦੇ ਨਾਲ, ਉਹ ਸਥਾਨ ਬਾਬਾ ਸੰਗਤ ਸਿੰਘ ਦੀ ਯਾਦ 'ਚ ਕਿ ਬਾਬਾ ਜੀਵਨ ਸਿੰਘ ਦੀ ਯਾਦ 'ਚ? ਜਿਹੜਾ ਉੱਥੇ 40 ਚਮਕੌਰ ਗੜੀ ਵਿੱਚ ਸ਼ਹੀਦ 37 ਸਿੰਘਾਂ ਵਿੱਚੋਂ ਇਕੱਲੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਹੈ, ਇਕੱਲਿਆਂ ਦੀ, ਹੋਰ ਕਿਸ ਸਾਰੇ ਸਿੰਘਾਂ ਦੀ ਕਤਲਗੜ੍ਹ ਸਾਹਿਬ ਸਾਰਿਆਂ ਦਾ ਇੱਕ ਜਗ੍ਹਾ ਸੰਸਕਾਰ ਹੋਇਆ, ਲੇਕਿਨ ਬਾਬਾ ਜੀਵਨ ਸਿੰਘ ਦਾ ਇਕੱਲੇ ਦਾ ਸੰਸਕਾਰ ਹੋਇਆ ਔਰ ਗੁਰੂ ਸਾਹਿਬ ਦੇ ਹੁਕਮ ਨਾਲ ਹੋਇਆ ਵੀ ਇਹ ਮੇਰਾ ਪੁੱਤਰ ਹੈਗਾ, ਇਹਦਾ ਬਗੈਰ ਧੜ ਤੋਂ ਸੀਸ ਹੋਏਗਾ ਇਹਦਾ ਉੱਤੇ, ਕਿਉਂਕਿ ਸੀਸ ਤਾਂ ਕੱਟ ਕੇ ਉਹਦਾ ਲੈ ਕੇ ਗੁਰੂ ਸਾਹਿਬ ਤੇ ਚਲੇ ਗਏ, ਬੱਚਿਆਂ ਦੀ ਸਾਰ ਨਹੀਂ ਲਈ। ਹੁਣ ਤਾਂ ਬੀਬੀ ਸ਼ਰਨ ਕੌਰ ਨੂੰ ਕਹਿ ਗਏ, ਉਹ ਬਾਬੀ ਸ਼ਰਨ ਕੌਰ ਦੀ ਡਿਊਟੀ ਲੱਗ ਗਏ ਸੀ ਵੀ ਮੇਰਾ ਜਿਹੜਾ ਪੁੱਤਰ ਹੋਏਗਾ ਉਹਦਾ ਸੀਸ ਦਾ
ਧੜ ਤੋਂ ਸੀਸਾ ਲੱਗ ਹੋਏਗਾ ਉਹਦਾ ਉੱਥੇ ਨਹੀਂ। ਬਾਕੀ ਕੀ ਗੱਲ, ਆਪਾਂ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਆਪਾਂ, ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ, ਤੁਹਾਡੀ ਵਿਧਵਤਾ 'ਤੇ ਮੈਨੂੰ ਕੋਈ ਡਾਊਟ ਨਹੀਂ ਹੈ, ਪਰ ਕਿਤੇ ਨਾ ਕਿਤੇ ਤੁਹਾਨੂੰ ਐਸਾ ਨਹੀਂ ਲੱਗਦਾ ਪਿਆ ਵੀ ਅਸੀਂ ਬਾਕੀ ਸ਼ਹੀਦ ਕੀ ਗੱਲ ਪੁੱਤਰ ਨਹੀਂ ਗਏ? ਸਭ ਚਮਕੌਰ ਦੀ ਹਵੇਲੀ ਵਿੱਚ ਸਾਰੇ ਹੀ ਪੁੱਤਰ ਨੇ, ਸਭਨਾਂ ਨੂੰ ਇੱਕੋ ਜਿਹਾ ਮਾਣ ਹੈ, ਸ਼ਹੀਦ ਸ਼ਹੀਦ ਹੈ। ਬਾਬਾ ਜੀਵਨ ਸਿੰਘ ਵੀ ਸ਼ਹੀਦ ਨੇ, ਉੱਥੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਫਰਜ਼ੰਦ ਉਹ ਵੀ ਸ਼ਹੀਦ ਨੇ, ਬਾਕੀ ਸਾਰਾ ਰੁਤਬਾ ਇੱਕੋ ਹੀ ਹੈ। ਗੁਰੂ ਸਾਹਿਬ ਇਕੱਲ ਕਿਵੇਂ ਕਹਿ ਸਕਦੇ ਆ ਵੀ ਜਿਹੜਾ ਮੇਰਾ ਆਪਣਾ ਪੁੱਤ ਹੋਵੇਗਾ ਉਹਦਾ ਸੀਸ ਧੜ ਤੋਂ ਵੱਖਰਾ ਹੋਏਗਾ? ਇਹਦਾ ਹਵਾਲਾ ਜੇ ਮੈਂ ਤੁਹਾਨੂੰ ਪੁੱਛਾਂ ਕਿਹੜਾ, ਤਾਂ ਫਿਰ ਤੁਸੀਂ ਕੀ ਜਵਾਬ ਦਿਓਗੇ? ਦੇਖੋ ਇਹ ਤਾਂ ਜਿਹੜਾ ਹੈ, ਨਹੀਂ ਦੇਖੋ ਇੱਕ ਮੈਨੂੰ ਵਰਬਲੀ ਨਹੀਂ ਚਾਹੀਦਾ, ਮੈਨੂੰ ਹਵਾਲਾ ਚਾਹੀਦਾ। ਤੁਸੀਂ ਇੱਕ ਗੱਲ ਮੈਨੂੰ ਕਹੀ ਹੈ ਕਿ ਪ੍ਰਾਚੀਨ ਗ੍ਰੰਥ ਕੀ ਹੁੰਦੇ ਨੇ ਜਿਨ੍ਹਾਂ ਤੋਂ ਹਵਾਲੇ ਲਏ ਜਾਂਦੇ ਨੇ? ਜੇ ਤਲਾਣੀਆਂ ਵਾਲਿਆਂ ਦੀ ਗੱਲ ਇਸ ਇਹ ਕਹਿ ਕੇ ਕੱਟੀ ਗਈ ਹੈ ਵੀ ਉਹਨਾਂ ਦੇ ਹਵਾਲਾ ਕੋਈ ਨਹੀਂ ਦਿੱਤਾ, ਤਾਂ ਮੈਂ ਤੁਹਾਨੂੰ ਪੁੱਛਦਾ ਇਹ ਕਿਹੜੇ ਗ੍ਰੰਥ ਦਾ ਹਵਾਲਾ ਹੈ ਵੀ ਬੀਬੀ ਸ਼ਰਨ ਕੌਰ ਨੂੰ ਕਹਿ ਕੇ ਗਏ ਹੈ ਵੀ ਜਿਹੜਾ ਮੇਰਾ ਪੁੱਤ ਹੋਵੇਗਾ ਉਹਦਾ ਸੀਸ ਧੜ ਤੋਂ ਵੱਖਰਾ ਹੋਏਗਾ? ਦੇਖੋ ਜਿਹੜੇ ਸੰਸਕਾਰ ਕਰੇ ਬੀਬੀ ਨੇ ਜਦੋਂ ਇਸ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਇਕੱਲੇ ਦੇ ਨਾਂ 'ਤੇ ਬਣਿਆ, ਇਹਦਾ ਮਤਲਬ ਉਹਦਾ ਇਕੱਲੇ ਦਾ ਸੰਸਕਾਰ ਇਕੱਲਿਆਂ ਦੇ ਨਾਮ 'ਤੇ ਪਤਾ ਕੀ ਕਾਰਨ ਆ, ਅਸੀਂ ਜਦੋਂ ਸ਼ਹੀਦਾਂ ਨੂੰ ਬਰਾਦਰੀ ਨਾਲ ਜੋੜ ਦਿੰਦੇ ਹਾਂ ਨਾ, ਇਹ ਪ੍ਰੋਬਲਮ ਉਦੋਂ ਆ ਬਰਾਦਰੀ ਨਾਲ ਨਹੀਂ, ਇਹਦਾ ਮੇਰੀ ਬੇਨਤੀ ਹੈ। ਦੇਖੋ ਇਹ ਜਦੋਂ ਮਹਾਰਾਜ ਸਾਡੇ ਲਈ, ਮੈਂ ਫਿਰ ਬੇਨਤੀ ਕੀਤੀ, ਬਾਬਾ ਜੀਵਨ ਸਿੰਘ ਅਤੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਮੈਂ ਕੋਈ ਫਰਕ ਨਹੀਂ ਸਮਝਦਾ, ਮੈਂ ਸੋਚਦਾ ਸਾਰੇ ਇੱਕੋ ਜਿਹੇ ਆ। ਉੱਥੇ ਜੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਕਲਗੀਧਰ ਪਿਤਾ ਮਹਾਰਾਜ ਜੀ ਦੇ, ਮੇਰੇ ਲਈ ਉਹ ਵੀ ਸਤਿਕਾਰਯੋਗ ਨੇ, ਬਾਬਾ ਜੀਵਨ ਸਿੰਘ ਬਾਕੀ ਦੇ ਸਿੰਘ ਮੇਰੇ ਲਈ ਉਹ ਵੀ ਸਤਿਕਾਰਯੋਗ ਨੇ। ਗੱਲ ਇੱਕ ਹੈ ਵੀ ਬਾਬਾ ਜੀਵਨ ਸਿੰਘ ਜੀ ਦਾ 40 ਸਿੰਘਾਂ 'ਚੋਂ ਮਹਾਰਾਜਾ ਕਰਮ ਸਿੰਘ ਨੇ ਜਦੋਂ ਪਹਿਲੀ ਵਾਰ ਉੱਥੇ ਸੇਵਾ ਸ਼ੁਰੂ ਕੀਤੀ ਹੈ, ਉਹ ਤੋਂ ਪਹਿਲਾਂ ਇੱਕ ਮਿਸਲ ਸੀ ਆਪਣੇ ਉਹਨੇ ਕੀਤੀ ਸੀ ਮਿਸਲ ਵਾਲਿਆਂ ਨੇ, ਉਹ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਨੇ, ਉਹਨੇ ਬਾਬਾ ਜੀਵਨ ਸਿੰਘ ਦਾ ਉਦੋਂ ਤੋਂ ਸਥਾਨ ਬਣਾਇਆ। ਬਾਕੀ ਮੰਨ ਲਓ ਤੁਸੀਂ ਸਿਰਫ ਅਸਥਾਨ ਨੂੰ ਲੈ ਕੇ ਗੱਲ ਕਰ ਰਹੇ ਹੋ, ਹੈ ਨਾ, ਜੇ ਹੁਣ ਜਿਵੇਂ ਤਲਾਣੀਆਂ ਵਾਲਿਆਂ ਨੇ 4 ਏਕੜ ਜ਼ਮੀਨ ਮੰਗੀ, ਜੇ ਉਹ ਜਗ੍ਹਾ ਮਿਲ ਜਾਂਦੀ ਹੈ ਨਾ, ਤੁਸੀਂ ਉਹਦੇ ਵਿੱਚ ਪਾਰਟੀ ਨਾ ਬਣਦੇ ਤਾਂ ਜਗ੍ਹਾ ਤਾਂ ਮਿਲ ਗਈ ਸੀ ਨਾ, ਜਗ੍ਹਾ ਤਾਂ ਆ ਗਈ ਸੀ, ਇਹ ਤਾਂ ਤੁਹਾਡੇ ਵਿੱਚ ਖਲੋਣ ਕਰਕੇ ਕੰਮ ਅੜ ਗਿਆ ਉਹਨਾਂ ਦਾ, ਅਸਥਾਨ ਬਣ ਜਾਂਦਾ, ਅਸਥਾਨ ਬਣ ਕੇ ਉਹਨਾਂ ਦਾ ਵੀ ਬਣ ਗਿਆ, ਫਿਰ ਤੀਜੀ ਜੇ ਕੋਈ ਕਹਿੰਦੇ ਸਾਡੀ ਬਰਾਦਰੀ ਵਿੱਚੋਂ ਸੀ ਉਹ ਵੀ ਬਣ ਗਿਆ, ਇਹ ਤਾਂ ਫਿਰ ਅਸੀਂ ਬਰਾਦਰੀ ਵਾਈਜ਼ ਆ ਗਏ ਨਾ, ਜਾਂ ਤਾਂ ਸਾਡੇ ਦੀ ਸਾਰੇ ਇੱਕੋ ਜਿਹੇ ਨੇ। ਨਹੀਂ ਬਰਾਦਰੀ ਵਾਈਜ਼ ਨਹੀਂ, ਮੈਂ ਬਰਾਦਰੀ ਵਾਈਜ਼ ਨਹੀਂ, ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਬਾਬਾ ਜੀਵਨ ਸਿੰਘ ਸੀ ਉਹ ਬੜਾ ਉਹਦੇ ਸਪੈਸ਼ਲ ਇੱਕ ਰੁਤਬਾ ਸੀ ਸਿੱਖ ਪੰਥ ਵਿੱਚ, ਗੁਰੂ ਤੇਗ ਬਹਾਦਰ ਦੇ 5 ਪਿਆਰਿਆਂ 'ਚੋਂ ਇੱਕ ਪਿਆਰਾ ਸੀ, ਇਹ ਵੀ ਤੁਹਾਨੂੰ ਦੱਸਦਾ ਵੀ ਸਾਰੇ ਗੁਰੂਆਂ ਦੇ 5 ਪਿਆਰੇ ਹੋਏ, ਕਾਂਤ ਸਿੰਘ ਨਾਮ ਲਿਖਿਆ, ਔਰ ਨੌਵੇਂ ਪਾਤਸ਼ਾਹ ਦੇ 5 ਪਿਆਰਿਆਂ 'ਚੋਂ ਇੱਕ ਪਿਆਰਾ ਸੀ, ਗੁਰੂ ਦਾ ਬੇਟਾ ਸੀ ਉਹ, ਉਹਨੂੰ ਖਿਤਾਬ ਮਿਲਿਆ, ਅਤੇ ਉਹਦਾ ਕੁਛ ਤਾਂ ਉਹਦੇ ਨਾਲ ਲਗਾਓ ਹੋਣਾ ਹੀ ਹੈ ਗੁਰੂ ਸਾਹਿਬ ਦਾ, ਕਿ ਐਡੀ ਵੱਡੀ ਉਹਨਾਂ ਨੂੰ ਪਿਆਰ ਦਿੱਤਾ, ਐਡਾ ਵੱਡਾ ਸਤਿਕਾਰ ਦਿੱਤਾ, ਔਰ 14 ਜੰਗਾਂ 'ਚੋਂ 14 ਜੰਗਾਂ ਦੇ ਵੀ ਗੁਰੂ ਸਾਹਿਬ ਦੇ ਨਾਲ ਰਿਹਾ, ਸੰਗਤ ਸਿੰਘ ਇੱਕ ਵੀ ਇੱਕ ਜੰਗ ਵਿੱਚ ਵੀ ਨਹੀਂ ਰਿਹਾ, ਸੰਗਤ ਸਿੰਘ ਨੂੰ ਕਲੰਗੀ ਕਿਵੇਂ ਮਿਲ ਜੂ ਕਿਸੇ ਨੂੰ? ਮੈਂ ਕਹਿੰਦਾ, ਮੈਂ ਕਹਿ ਮੈਨੂੰ ਦਿਖਾ ਦੇਵੇ ਕੋਈ ਵੀ ਸੰਗਤ ਸਿੰਘ ਜੇ ਕਲੰਗੀ ਦਿੱਤੀ ਹੈ, ਉਹ ਦਿਖਾ ਦੇਵੇ ਵੀ 13 ਜੰਗਾਂ 'ਚ ਗੁਰੂ ਸਾਹਿਬ ਨਾਲ ਕਿਹੜੀ ਜੰਗ 'ਚੋਂ ਇਕੱਠਿਆ ਸੀ, ਔਰ ਸੰਗਤ ਸਿੰਘ ਨੇ ਕਿਹੜਾ ਇਹੋ ਜਿਹਾ ਸਪੈਸ਼ਲ ਕੰਮ ਕੀਤਾ, ਕਿਹੜੀ ਅਲੋਕਾਰੀ ਗਤੀਵਿਧੀ ਸੀ ਜਿਹਦੇ ਕਰਕੇ ਉਹਨੂੰ ਕਲੰਗੀ 'ਤੇ ਪਿਛਾਕਾ ਦਿੱਤਾ? ਅਕਸਰ ਨੂੰ ਇਹ ਇੱਕ ਟੈਸਟਡ ਬੰਦਾ ਸੀ, ਇਹ ਥੋੜ੍ਹਾ ਹੈ ਗੁਰੂ ਸਾਹਿਬ ਨੂੰ ਪਤਾ ਸੀ ਵੀ ਜਿਹੜਾ ਹੈ। ਇਸ ਤੋਂ ਪਹਿਲਾਂ ਸੀਸ ਦੀ ਘਟਨਾ ਬਾਬਾ ਜੀਵਨ ਸਿੰਘ ਨਾਲ ਜੁੜਦੀ ਹੈ ਨਾ, ਬਹੁਤ ਵੱਡੀ ਕੁਰਬਾਨੀ ਹੈ, ਦਿੱਲੀ ਨੂੰ ਚੈਲੰਜ ਕਰਕੇ ਸੀਸ ਚੁੱਕਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਦਿੱਲੀ ਨੂੰ ਚੈਲੰਜ ਹੈ। ਉਹ ਟੈਸਟਡ ਬੰਦਾ ਸੀ, ਉਹ ਇੱਕ ਬਹੁਤ ਪਰਖਿਆ ਹੋਇਆ ਸੀ, ਪਤਾ ਸੀ ਗੁਰੂ ਸਾਹਿਬ ਨੂੰ, ਔਰ ਬਾਬਾ ਜੀਵਨ ਸਿੰਘ ਨੇ ਬੜੀ ਅਕਲ ਦੇ ਨਾਲ ਸੱਤ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਕਾਫੀ ਦੇਰ ਉਹਨੂੰ ਜੰਗ 'ਚ ਲਟਕਾ ਰੱਖਿਆ ਤਾਂ ਕਿ ਗੁਰੂ ਸਾਹਿਬ ਦੂਰ ਨਿਕਲ ਜਾਣ। ਸੋ ਇਸ ਕਰਕੇ ਬਾਬਾ ਜੀਵਨ ਸਿੰਘ ਦਾ ਜਿਹੜਾ ਰੁਤਬਾ ਸਿੱਖ ਪੰਥ ਵਿੱਚ ਉਹ ਬਹੁਤ ਵੱਡਾ ਰੁਤਬਾ ਹੈ, ਸਾਰੇ ਸਿੰਘਾਂ ਦੇ ਰੁਤਬਾ ਬਹੁਤ ਵੱਡਾ, ਪਰ ਉਹਦਾ ਸਪੈਸ਼ਲ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 5 ਪਿਆਰਿਆਂ 'ਚੋਂ ਪਿਆਰਾ ਸੀ ਅਤੇ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਦਾ ਬੇਟਾ ਸੀ। ਇਸ ਕਰਕੇ ਇਹ ਜਿਹੜੇ ਮੈਂ ਤੁਹਾਨੂੰ ਸਾਰੇ ਹਵਾਲੇ ਦੱਸੇ, ਇਹਨਾਂ ਮੁਤਾਬਕ ਸਮਕਾਲੀ ਹਵਾਲਿਆਂ ਮੁਤਾਬਕ ਕਲੰਗੀ ਦੇ ਪਿਛਾਕਾ ਬਾਬਾ ਜੀਵਨ ਸਿੰਘ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਿਤਾਬ ਹੈਗੀ ਬਰਿਆਮ ਅਕੇਲਾ, ਮਤਾ ਨੰਬਰ 1158, ਮਿਤੀ 13/7/1987, ਉਹਦੇ 'ਚ ਉਹਨਾਂ ਨੇ ਕਲੰਗੀ ਦੇ ਪਿਛਾਕੇ ਵਾਲੀ ਗੱਲ ਲਿਖੀ ਹੋਈ, ਉਹ ਅਪਰੂਵ ਕੀਤੀ ਵੀ ਠੀਕ ਹੈ ਬਿਲਕੁਲ। ਸੋ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਾ ਗਜ਼ਟ 'ਚ ਅਪਰੂਵ ਕਰਦੀ ਹੈ, ਹੈਂਜੀ, ਅਤੇ ਫਿਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਉਹਦੇ 'ਚ ਕਹਿੰਦਾ ਹੈ ਜੀਵਨ ਸਿੰਘ ਇੱਕ ਬੁਰਜ ਮੇਂ ਮੱਧ ਹੀ ਬਿਓ ਇੱਕ ਹੀ ਖਵਾ, ਜੇ ਬੁਰਜ 'ਚ ਇਕੱਲਾ ਹੀ ਬੈਠਾ ਸੀ ਸਭ ਤੋਂ ਬਾਅਦ ਸ਼ਹੀਦ ਹੋਇਆ, ਜੇ ਸਭ ਤੋਂ ਬਾਅਦ ਸ਼ਹੀਦ ਹੋਇਆ ਇਹਦੇ ਲੋਕ ਕਲਗੀ ਤੇ ਪਿਛਾਕਾ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਜੀ ਤੁਹਾਡੇ ਧੰਨਵਾਦ ਦੀਆਂ, ਤੁਸੀਂ ਸਾਡੇ ਸਟੂਡੀਓ ਵਿਖੇ ਆਏ, ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਅਤੇ ਦਰਸ਼ਕੋ, ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਦਾ ਵਾਂ, ਕਿਉਂਕਿ ਇਹਨਾਂ ਨੇ ਜਦੋਂ ਕੈਪਟਨ ਸਵਰਨ ਸਿੰਘ ਜੀ ਨੇ ਸਾਡੇ ਕੋਲੋਂ ਸਮੇਂ ਦੀ ਮੰਗ ਕੀਤੀ ਅਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮਖੂ ਜੀ, ਅਸੀਂ ਤੱਥਾਂ 'ਤੇ ਆਧਾਰਿਤ ਗੱਲ ਕਰਦੇ ਹਾਂ, ਅਸੀਂ ਇੱਧਰ ਉੱਧਰੋਂ ਨਹੀਂ ਮਾਰਨੀ ਆ।
ਤੇ ਮੈਨੂੰ ਬੜੀ ਗੱਲ ਚੰਗੀ ਲੱਗੀ ਕਿ ਕੋਈ ਤੱਥਾਂ ਦੇ ਆਧਾਰ ਦੇ ਉੱਪਰ ਹੀ ਗੱਲ ਦਾ ਆਨੰਦ ਆਉਂਦਾ। ਪਰ ਚਲੋ ਖੈਰ, ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, ਬਾਕੀ ਕੋਈ ਵੀ ਵੀਰ ਆਪਣੀ ਗੱਲ ਰੱਖਣੀ ਚਾਹੁੰਦਾ ਹੋਵੇ ਤਾਂ ਸਾਡੇ ਸਟੂਡੀਓ ਦੇ ਦਰਵਾਜ਼ੇ ਖੁੱਲ੍ਹੇ ਨੇ। ਪਰ ਬੇਨਤੀ ਹੈ ਮੇਰੀ, ਜਿਵੇਂ ਇਹਨਾਂ ਨੇ ਗ੍ਰੰਥਾਂ ਦੇ ਹਵਾਲੇ ਅਤੇ ਸਾਰੇ ਪ੍ਰਮਾਣ ਅਤੇ ਪੂਰਾ ਝੋਲਾ ਆਪਣਾ ਨਾਲ ਲੈ ਕੇ ਆਏ ਨੇ, ਉਹ ਕਿਰਪਾ ਕਰਕੇ ਆਪਣੇ ਸਾਰੇ ਪ੍ਰਮਾਣ ਹਵਾਲੇ ਨਾਲ ਲੈ ਕੇ ਆਉਣ। ਅਸੀਂ ਜਜਮੈਂਟ ਨਹੀਂ ਕਰਨੀ, ਅਸੀਂ ਸਿਰਫ ਇੱਕ ਸਟੇਜ ਦੇਣੀ ਹੈ ਆਪਣੀ ਗੱਲ ਰੱਖਣ ਦੀ। ਜਜਮੈਂਟ ਕੌਮ ਕਰੇਗੀ ਵੀ ਤੱਥਾਂ ਦੇ ਆਧਾਰ ਦੇ ਉੱਪਰ ਕਿਸ ਦੀ ਗੱਲ ਵਿੱਚ ਦਮ ਹੈ। ਪਰ ਦੋਸਤੋ, ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹਾਂ ਕਿ ਅਗਲੇ ਹਫ਼ਤੇ ਵੀ ਬਾਬਾ ਜਸਵੰਤ ਸਿੰਘ ਜੀ ਮੇਰੇ ਨਾਲ ਹੋਣਗੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀਵਨ ਸਿੰਘ ਜੀ ਦੀਆਂ ਪਿਛੋਕੜ ਦੀਆਂ ਕੁਰਬਾਨੀਆਂ ਅਤੇ ਉਹ ਸਾਰੇ ਮੈਟਰ ਨੂੰ ਤੁਹਾਡੇ ਅੱਗੇ ਜਲਦੀ ਹਾਜ਼ਰ ਕਰਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।